the of... ਸਤਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੇ ਹੋਏ ਸਾਧ ਸੰਗਤ ਜੋ ਆਪਣੀਆਂ ਮਨਵਿਰਤਿਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਲੜਕਿਆ ਕਿ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼ਰਵਣ ਕਰ ਰਹੇ ਸੇ ਇਤਿਹਾਸ ਇੱਥੋਂ ਤੱਕ ਪਹੁੰਚ ਚੁੱਕਾ ਹੈ। ਭਗਵਾਨ ਦੇ ਨਾਲ ਮਾਦਵੀ ਰਿਖੀ ਦੇ ਬਚਨ ਬਿਰਾਸ ਹੋ ਰਹੇ ਸਨ। ਮਾਦਵੀ ਰਿਖੀ ਨੂੰ ਭਗਵਾਨ ਨੇ ਆਖਿਆ ਕਿ ਜਦੋਂ ਮੈਂ ਵੈਕੁੰਠ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਉਦਾਸ ਹੋ ਜਾਇਆ ਕਰਾਂਗਾ ਉਸ ਵੇਲੇ ਮੈਂ ਐਸੇ ਹੀ ਜਗ੍ਹਾ ਧਿਆਨ ਕੇ ਨਿਵਾਸ ਕਰਿਆ ਕਰਾਂਗਾ। ਇੱਥੋਂ ਤੱਕ ਪਰਸੋਂ ਕਥਾ ਪਹੁੰਚ ਚੁੱਕੀ ਸੀ। ਅੱਜ ਇੱਥੋਂ ਹੀ ਅੱਗੇ ਮੈਂ ਪ੍ਰਾਰਭ ਕਰਦਾ। ਇਹ ਤੀਰਥ मम ਦੇਹ ਸਰੂਪਾ ਗੰਗਾ ਦੇਕ ਪਦ ਜਲ ਮਨ ਭੂਪਾ ਇਹ ਤੀਰਥ मम ਦੇਹ ਸਰੂਪਾ ਇਹ ਜਿਹੜਾ ਤੀਰਥ ਹੈ ਇਹ ਮੇਰੀ ਦੇਹ ਦਾ ਸਰੂਪ ਹੈ ਭਗਵਾਨ ਨੇ ਆਖਿਆ ਕਿ हे मुनिराज ਗੰਗਾ ਆਦਿਕ ਦਾ ਨੀਰ ਮੇਰੇ ਪੈਰਾਂ ਦਾ ਜਲ ਹੈ बीज रूप तीर्थ में राजू अमृत सारथल सजियो समझो ग्रंथकार भाई संतोष सनि जी लिख रहे ने के भगवान ने आख्या बीज रूप तीर्थ में राजू पावक ये तीर्थ राज पृथ्वी दे सारे तीर्थां दा बीज रूप है ਜੇ ਨਰ ਸਹਜ ਦਰਸ ਹਿਤ ਆਵੇਂ ਚਤਰ ਪਦਾਰਥ ਸਹਜ ਹੀ ਪਾਵੇਂ ਭਗਵਾਨ ਨੇ ਆਖਿਆ ਹੈ ਮਾਧਵੀ ਰਿਖੇ ਨੂੰ ਕਿ ਜਿਹੜੇ ਵੀ ਮਨੁੱਖ ਦਰਸ਼ਨ ਦੇ ਹਿਤ ਦੇ ਵਾਸਤੇ ਇੱਥੇ ਆਇਆ ਕਰਨਗੇ ਉਹਨਾਂ ਨੂੰ ਚਾਰੇ ਹੀ ਪਦਾਰਥਾਂ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਹੋਇਆ ਕਰੇ ਤਵ ਫਿਰ ਮੁੰਨ ਪਟ ਅੰਜਲ ਜੋਰੇ ਕਹੋ ਪਵਿਖਤ ਕਥਾ ਬਹੋਰੇ ਗ੍ਰੰਥਾਕਰ ਪੈਸਨ ਤੋਕਸਨ ਜੀ ਲਿਖਦੇ ਨੇ ਜਦੋਂ ਭਗਵਾਨ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਸ ਵੇਲੇ ਫਿਰ ਤੋਂ Muni ਨੇ ਹੱਥਾਂ ਨੂੰ ਜੋੜਿਆ ਤੇ ਅਰਜ ਕੀਤੀ ਕਹੋ ਪਵਿਖਤ ਕਥਾ ਬਹੋਰੇ हे ਭਗਵਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਥਾ ਵਾਪਰਣ ਵਾਲੀ ਹੈ ਤੁਸੀਂ ਕਿਰਪਾ ਕਰਕੇ ਉਹ ਬਿਆਨ ਕਰੋ ਜਿਮ ਕਰ ਹੋ ਜੋਗ ਆਗਲ ਮਾਹੀ ਸੋਬਰ ਨੂੰ ਪ੍ਰਭੂ ਸਭ ਮੋ ਪਾਹੀ ਬਾਦਵੀ ਰਖੀ ਨੇ ਆਖਿਆ ਹੈ ਕਿ ਅਗਲੇ ਆਉਣ ਵਾਲੇ ਯੁੱਗਾਂ ਦੇ ਵਿੱਚ ਜੋ ਤੁਸੀਂ ਕਰਨਾ ਹੈ ਕਿਰਪਾ ਕਰਕੇ اے ਪ੍ਰਭੂ ਜੀ ਉਹ ਮੇਰੇ ਸਾਹਮਣੇ ਵਿਆਣ ਕਰੋ ਕਿ ਆਉਣ ਵਾਲੇ ਯੁੱਗ ਦੇ ਵਿੱਚ ਤੁਸੀਂ ਕੀ ਕਰੋਗੇ ਤਾਬ ਤੇਰੇ ਲੋਕਪਤੀ ਬਚਨ ਬਖਾਨੇ ਉਨੀ ਉਪਕਾਰ ਹੇਤ ਮਨ ਮਨੇ ਕਬੀ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਜੋ ਤ੍ਰਲੋਕੀ ਦਾ ਮਾਲਕ ਭਗਵਾਨ ਹੈ ਉਸ ਨੇ ਬਚਨ ਕੀਤੇ ਉਨੀ ਉਪਕਾਰ ਹੇਤ ਮਨ ਮਾਨੇ ਕਹਿਣ ਤੋਂ ਪਾਵੈ ਉਹਨਾਂ ਪਾਵਤ ਲੋਕਪਤੀ ਦੇ ਉਪਕਾਰ ਦੇ ਹਿੱਤ ਦੇ ਵਿੱਚ ਮਨ ਮੰਨਿਆ ਤ੍ਰੇਤਾ ਮਾਹੇ ਹੋਏ ਹਮ ਰਾਮਾ ਲਵ ਕੁਸ਼ ਸਿਹਤ ਆਏ ਇਸ ਧਰਮਾ ਭਗਵਾਨ ਨੇ ਆਖਿਆ ਕਿ ਤ੍ਰਿਤੇ ਯੁੱਗ ਦੇ ਵਿੱਚ ਅਸੀਂ ਭਗਵਾਨ ਰਾਮਚੰਦਰ ਦੇ ਰੂਪ ਦੇ ਵਿੱਚ ਆਵਾਂਗੇ ਇੱਥੇ ਔਰ ਸਾਡੇ ਨਾਲ ਸਾਡੇ ਦੋ ਪੁੱਤਰ ਲਵ ਤੇ ਕੁਸ਼ ਵੀ ਹੋਣਗੇ ਸੂਰ ਸਮੂਹ ਸਮਜਣ ਕਰ ਹੈ ਤੀਰਥ ਰਾਜ ਪੂਜ ਪਰ ਚੁਰਹੈ ਭਗਵਾਨ ਨੇ ਆਖਿਆ ਕਿ ਉਸ ਵੇਲੇ ਸਾਰੇ ਬਹੁਤ ਸਾਰੇ ਜਿਹੜੇ ਸੂਰਮੇ ਨੇ ਐਸੀ ਹੀ ਜਗ੍ਹਾ ਦੇ ਉੱਤੇ ਆਣ ਕੇ ਇਸ਼ਨਾਨ ਕਰਨਗੇ ਔਰ ਸਾਰਿਆਂ ਤੀਰਥਾਂ ਦਾ ਵੱਡਾ ਤੀਰਥ ਰਾਜ ਹੈ ਪੂਜ ਪਚਰਾਂ ਪਵ ਪ ਕੇ ਇਸ ਗੱਲ ਨੂੰ ਫੈਲਾਉਣਗੇ ਜਾਗ ਕਰਨਗੇ ਪਛਮ ਅੰਗਾ ਤੀਨ ਲੋਕ ਸਨਾ ਸਭ ਸੰਗਾ ਭਗਵਾਨ ਨੇ ਆਖਿਆ ਕਿ ਜਗ ਕਰਾਂਗੇ ਪਛਮ ਅੰਗਾ ਕਹਿਣ ਤੋਂ ਪਾਵੇ ਕਿ ਪੱਛਮ ਦੀ ਤਰਫ ਅਸੀਂ ਉੱਥੇ ਯੱਗ ਕਰਾਂਗੇ ਤਿੰਨੇ ਲੋਕਾਂ ਦੀ ਸੈਨਾ ਸਾਡੇ ਨਾਲ ਹੋਵੇ ਤਬ ਮਮ ਸਵਨ ਜਾਨ ਮਮ ਪਿਆਰਾ ਬਾਂਦੇਗੇ ਦੇ ਪੁਰੀ ਅਗਾਰਾ ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਮੇਰੇ ਜਿਹੜੇ ਦੋ ਪੁੱਤਰ ਹੋਣਗੇ ਲਵ ਤੇ ਕੁਛ ਉਹ ਆਪੋ ਆਪਣੇ ਨਾਵਾਂ ਦੇ ਉੱਤੇ ਜਰਾ ਅੱਗੇ ਸ਼ਹਿਰ ਵੀ ਬੰਨਣਗੇ ਬਹੁਤ ਪਾਤਲੀ ਲੀਲਾ ਤਬ ਕਹਿਂ ਸਿੰਧ ਖੇਤਰ ਕੋ ਮਾਨ ਸੋਧੈ ਆਖਿਆ ਭਗਵਾਨ ਨੇ ਕਿ ਉਸ ਰਾਮਚੰਦਰ ਦੇ ਸਰੂਪ ਦੇ ਵਿੱਚ ਮੈਂ ਬੜੀ ਤਰ੍ਹਾਂ ਦੀ ਲੀਲਾ ਕਰਨੀ ਹੈ ਸਿੰਧ ਖੇਤਰ ਕੋ ਮਾਨ ਸੋਧੈ ਸਿੰਧ ਖੇਤਰ ਦਾ ਭਾਵ ਹੈ ਕਿ ਜਿੱਥੇ ਅੰਮ੍ਰਿਤ ਟਿਕਾਇਆ ਗਿਆ ਹੋਵੇ ਭਾਵ ਕਿ ਅਮਰ ਸਰ ਇਸ ਜਗ੍ਹਾ ਤੋਂ ਇਸ ਤਰੀਕੇ ਦਾ ਅਸੀਂ ਮਾਨ ਦਿਆਂਗੇ ਰਾਮਾਇਣ ਦੀ ਕਥਾ ਨੂੰ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਆਪਣੇ ਵੱਖਰੇ ਵੱਖਰੇ ਢੰਗ ਦੇ ਨਾਲ ਬਿਆਨ ਕੀਤਾ ਹੈ ਪਰ ਕਈ ਕਈ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦੀ ਗੱਲ ਲਿਖੀ ਹੈ ਕਿ ਭਗਵਾਨ ਰਾਮਚੰਦਰ ਜੀ ਦੇ ਦੋ ਪੁੱਤਰ ਨਹੀਂ ਸਨ ਉਹਨਾਂ ਦਾ ਪੁੱਤਰ ਸਿਰਫ ਲਵ ਸੀ ਕੁਛ ਜਿਹੜਾ ਦੂਸਰਾ ਪੁੱਤਰ ਸੀ ਉਹ ਬਾਲਮੀਕ ਜੀ ਨੇ ਆਪਣੇ ਕਰਾਮਾਤ ਦੇ ਨਾਲ ਬਣਾਇਆ ਕਿਸ ਤਰੀਕੇ ਦੇ ਨਾਲ ਤ੍ਰੇਤੀ ਯੁੱਗ ਦੇ ਵਿੱਚ ਭਗਵਾਨ ਰਾਮਚੰਦਰ ਜੀ ਅੰਮਰਸਰ ਪਹੁੰਚੇ ਕਿਸ ਤਰ੍ਹਾਂ ਲਵ ਤੇ ਕੁਛ ਦਾ ਵਾਕਿਆ ਵਾਪਰਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਤ੍ਰੇਤੇਜੁਗ ਅੰਦਰ ਸ੍ਰੀ ਰਾਮਚੰਦਰ ਫਤੇ ਰਾਵਣੇ ਤੇ પાਕੇ ਆਇਆ ਸੀ ਕੁਝ ਕਰਕੇ ਸ਼ੱਕ ਜਾਂ ਰਖ ਨੁਕਤਾ ਸੀਤਾ ਤائیں ਬਣਵਾਸ ਦੁਆਇਆ ਸੀ ਲਛਮਣ ਉਸ ਤਾਈਂ ਇੱਧਰ ਛੱਡ ਗਿਆ ਵੱਡੇ ਭਾਈ ਦਾ ਹੁਕਮ ਕਮਾਇਆ ਸੀ ਇਸ ਬਾਣੇ ਅੰਦਰ ਬਾਲਮੀਕ ਰਹਿੰਦਾ ਉਸ ਸੀਤਾ ਨੂੰ ਪਾਸ ਰਖਾਇਆ ਸੀ ਸੀਤਾ ਗਰਭਵਤੀ ਹੈ ਸੀ ਉਸ ਵੇਲੇ ਲਵ ਪੁੱਤ ਇੱਕ ਉਸਨੇ ਜਾਇਆ ਸੀ ਕਸ਼ੂ ਦੂਸਰਾ ਰਿਖੀ ਨੇ ਤਪ ਦੇ ਬਲ ਸੀਤਾ ਜੀ ਦਾ ਪੁੱਤ ਬਣਾਇਆ ਸੀ ਉਹ ਦੋਵੇਂ ਹੋਏ ਮਹਾਬਲੀ ਭਾਰੇ ਰਖੀ ਉਹਨਾਂ ਤਾਈਂ ਪੜਾਇਆ ਸੀ ਇਧਰ ਵਿੱਚ ਅਯੁੱਧਿਆ ਰਾਮ ਜੀ ਨੇ ਤਦੋਂ ਅਸਵ ਮੇਦ ਜਗਰ ਚਾਇਆ ਸੀ ਕੋੜਾ ਛੱਡਿਆ ਜਗ ਦਾ ਦੇਸ ਅੰਦਰ ਸ਼ਤਰੂ ਕਾਣਯੋਦੇ ਪਿੱਛੇ ਲਾਇਆ ਸੀ ਫਿਰਦਾ ਫਿਰਦਾ ਘੋੜਾ ਇਧਰ ਆ ਗਿਆ ਲਵ ਕਸ਼ੂ ਅੱਗੋਂ ਅਟਕਾਇਆ ਸੀ ਸ਼ਤਰੂ ਘਣ ਦੇ ਕਹੇ ਨਾ ਛੱਡੇ ਉਹਨੇ ਆਖਰ ਫੌਜ ਨੇ ਹੱਲਾ ਬੁਲਾਇਆ ਸੀ ਕੀਤਾ ਬਾਲਕਾਂ ਨੇ ਯੁੱਧ ਬੜਾ ਭਾਰਾ ਸਾਰੇ ਲਸ਼ਕਰ ਤਾਂ ਹੀ ਖਪਾਇਆ ਸੀ ਪਹੁੰਚੀ ਖਬਰ ਅਯੁੱਧਿਆ ਵਿੱਚ ਜਾ ਕੇ ਭਰਤ ਫੌਜ ਭਾਰੀ ਲੈ ਕੇ ਧਾਇਆ ਸੀ ਉਹਦੀ ਗਤੀ ਵੀ ਉਸੇ ਹੀ ਤਰ੍ਹਾਂ ਹੋਈ ਫਿਰ ਰਾਮ ਲక్ష్ਮਣ ਸਣ ਆਇਆ ਸੀ ਮੁੱਦਾ ਗੱਲ ਕੀ ਬਾਲ ਕਾਂ ਤਪ ਦੇ ਬਲ ਦਲ ਰਾਮ ਦਾ ਮਾਰ ਮੁਕਾਇਆ ਸੀ हनुमान बिना गए सब मारे हाथ कर कमाल बखाया सी सिर सब दे माता दे पास ਲੈ ਗਏ ਵੇਖ ਸੀਤਾ ਦਾ ਦਿਲ ਕਬਰਾਇਆ ਸੀ ਤੁਸਾਂ ਸਾਰਾ ਸਰਬੰਸ ਹੀ ਮਾਰ ਦਿੱਤਾ ਕੁਲ ਘਾਤੀ ਹੋ ਆਖ ਡਰਾਇਆ ਸੀ राम मार ਮੈਨੂੰ ਅੱਜ ਰੰਡੀ ਕੀਤਾ ਤੇ ਸਰਾਪ ਦੇਣਾ ਸੀਤਾ ਚਾਹਿਆ ਸੀ ਬਾਲ ਮਾਤਾ ਸਰਾਪ ਤੋਂ ਡਰ ਬਹੁਤੇ ਇੰਦਰ ਰਾਜ ਨੂੰ ਉਹਨਾਂ ਫੁਰਮਾਇਆ ਸੀ ਬਰਖਾ ਅੰਮ੍ਰਿਤ ਕਰ ਤੇ ਜਿਵਾ ਸਾਰੇ ਇੰਦਰ ਹੁਕਮ ਬਜਾਏ ਲਿਆਇਆ ਸੀ ਸਾਰੇ ਦਲੇ ਉਤੇ ਅੰਮ੍ਰਿਤ ਵਰਸੇ ਆਜੀ ਮੋਇਆ ਹੋਇਆ ਦੇ ਤਾਹੀਂ ਜਿਵਾਇਆ ਸੀ ਉਸੇ ਥਾਂ ਉਤੇ ਅੰਮ੍ਰਿਤ ਸਰ ਬਣਿਆ ਉਸੇ ਥਾਂ ਉਤੇ ਅੰਮ੍ਰਿਤ ਸਰ ਬਣਿਆ ਜਿਸ ਥਾਂ ਅੰਮ੍ਰਿਤ ਵਰਖਾਇਆ ਸੀ ਰਾਮਾ ਅਸਵੇਦ ਕਰਤਾਰ ਸਿੰਘਾ ਪੜੋ ਸਾਰਾ ਪ੍ਰਸੰਗ ਲਿਖਾਇਆ ਸੀ ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਇਤਿਹਾਸਾਂ ਦੇ ਵਿੱਚ ਬੜੇ ਵਾਕਿਆ ਆਉਂਦੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਜਦੋਂ ਵਾਲਮੀਕ ਜੀ ਦੇ ਕੋਲ ਸੀਤਾ ਰਹਿ ਰਹੇ ਸਨ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਉਹਨਾਂ ਨੇ ਲਵ ਰੱਖਿਆ ਇੱਕ ਸਮੇਂ ਵਾਲਮੀਕ ਦੇ ਕੋਲ ਆਪਣੇ ਪੁੱਤਰ ਨੂੰ ਰੱਖ ਕੇ ਸੀਤਾ ਕਪੜੇ ਧੋਣ ਦੇ ਵਾਸਤੇ ਜਾਂ ਕਿਸੇ ਕੰਮ ਦੇ ਵਾਸਤੇ ਚਲੀ ਗਈ ਤੇ ਜਾਣ ਤੋਂ ਪਹਿਲਾਂ ਆਖਿਆ ਰਖੀ ਜੀ ਬਾਲਕ ਦਾ ਧਿਆਨ ਰੱਖਿਓ ਬਾਲਕ ਨੂੰ ਰੱਖਦੇ ਗਏ ਪਰ ਬਾਅਦ ਦੇ ਵਿੱਚ ਸੀਤਾ ਨੇ ਸੋਚਿਆ ਕਿ ਰਿਖੀ ਜੀ ਸਮਾਦੀ ਲੀਨ ਹੋ ਜਾਣਗੇ ਕਿਤੇ ਇਹ ਨਾ ਹੋਵੇ ਕਿ ਜੰਗਲੀ ਕੋਈ ਜੀਵ ਮੇਰੇ ਬੱਚੇ ਨੂੰ ਉਠਾ ਕੇ ਲੈ ਜਾਵੇ ਸੀਤਾ ਦੁਬਾਰਾ ਵਾਪਸ ਆਈ ਤੇ ਆਪਣੇ ਬੱਚੇ ਨੂੰ ਨਾਲ ਹੀ ਚੁੱਕ ਕੇ ਲੈ ਗਈ ਜਦੋਂ ਦੂਸਰੇ ਪਾਸੇ ਬਾਲਮਿਕ ਜੀ ਦੀ ਸਮਾਦੀ ਖੁੱਲੀ ਉਹਨਾਂ ਨੇ ਦੇਖਿਆ ਕਿ ਬੱਚਾ ਰੱਖ ਕੇ ਗਏ ਸੀ ਸੀਤਾ ਪਰ ਉਹ ਤੇ ਇੱਥੇ ਮੌਜੂਦ ਨਹੀਂ ਜਦੋਂ ਸੀਤਾ ਨੂੰ ਇਸ ਗੱਲ ਦਾ ਪਤਾ ਲੱਗੇਗਾ ਬੜਾ ਦੁਖੀ ਹੋਵੇਗੀ ਇਸ ਕਰਕੇ ਉਹਨਾਂ ਨੇ ਕੱਖਾਂ ਦਾ ਪਤਲਾ ਜਿਹਾ ਬਣਾ ਕੇ ਉਹਦੇ ਤੋਂ ਬੱਚਾ ਬਣਾ ਦਿੱਤਾ ਜਦੋਂ ਸੀਤਾ ਵਾਪਸ ਆਈ ਤੇ ਸੀਤਾ ਨੇ ਪੁੱਛਿਆ ਰਿਖੀ ਜੀ ਇਹ ਬਾਲਕ ਕਿਦਾ ਹੈ ਰਿਖੀ ਨੇ ਆਖਿਆ ਤੇਰਾ ਹੀ ਬਾਲਕ ਹੈ ਤੂੰ ਛੱਡ ਕੇ ਗਈ ਸੈਂ ਪਰ ਉਹ ਕਹਿੰਦੀ ਮੈਂ ਤੇ ਉਹਨੂੰ ਵਾਪਸ ਲੈ ਗਈ ਸਾਂ ਫਿਰ ਰਿਖੀ ਕਹਿੰਦੇ ਨੇ ਪੇ ਵੀ ਹੁਣ ਤੂੰ ਆਪਣਾ ਹੀ ਪੁੱਤਰ ਸਮਝੇ ਇਸ ਦਾ ਨਾਮ ਕੱਖਾਂ ਤੋਂ ਵੰਨ ਕਰਕੇ ਕਸ਼ ਰੱਖਿਆ ਗਿਆ ਜਾਂ ਕੁਛ ਹੋ ਆਖਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਕੇ ਕੁਛ ਇਸ ਤਰੀਕੇ ਦੇ ਨਾਲ ਬਣਿਆ ਗ੍ਰੰਥਾਕਰ ਪਾਈ ਕਰਤਾਰ ਸਿੰਘ ਜੀ ਕਲਾਸ ਵਾਲਿਆਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਸ ਤੋਂ ਇਲਾਵਾ ਇਹ ਲਿਖਦੇ ਨੇ ਕਿ ਜਦੋਂ ਅਸਵਮੇਦ ਯਗ ਕਰਨ ਦੇ ਵਾਸਤੇ ਭਗਵਾਨ ਨੇ ਘੋੜਾ ਛੱਡਿਆ ਤੇ ਘੋੜੇ ਨੂੰ ਦੋਵਾਂ ਭਰਾਵਾਂ ਨੇ ਫੜ ਲਿਆ ਪਾਪਕੇ ਭਗਵਾਨ ਰਾਮਚੰਦਰ ਜੀ ਦੇ ਪੁੱਤਰਾਂ ਨੇ ਫਿਰ ਘੋੜੇ ਦੇ ਫੜਨ ਦੇ باوجود ਉਹਨਾਂ ਦੇ ਨਾਲ ਇਹ ਯੁੱਧ ਹੋਇਆ ਜਿਸ ਯੁੱਧ ਦੇ ਵਿੱਚ ਆਪਣੇ ਸਾਰਿਆਂ ਚਾਚਿਆਂ ਨੂੰ ਸਾਰਿਆਂ ਭਰਾਵਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਕਿਸੇ ਨੂੰ ਬਾਕੀ ਨਹੀਂ ਛੱਡਿਆ ਉਸ ਵੇਲੇ ਜਦੋਂ ਸੀਤਾ ਦੇ ਕੋਲ ਸਾਰੇ ਸਿਰਾਂ ਨੂੰ ਲੈ ਕੇ ਆਏ ਤੇ ਸੀਤਾ ਜੀ ਬੜੇ ਦੁਖੀ ਹੋਏ ਤੁਸੀਂ ਤੇ ਆਪਣੇ ਸਰਵੰਸ ਦਾ ਨਾਸ਼ ਕਰ ਦਿੱਤਾ ਫਿਰ ਉਸ ਵੇਲੇ ਲਿਖਦੇ ਨੇ ਕਵੀ ਜੀ ਕਿ ਬਾਲਕਾਂ ਨੇ ਇੰਦਰ ਨੂੰ ਹੁਕਮ ਕੀਤਾ ਕਿ ਤੂੰ ਅੰਮ੍ਰਿਤ ਦੀ ਵਰਖਾ ਕਰ ਤਾਂ ਕਿ ਸਾਰੇ ਜ਼ਿੰਦਾ ਹੋ ਜਾਣ ਹੁਕਮ ਦੀ ਤਾਮੀਲ ਹੋਈ ਇੰਦਰ ਨੇ ਅੰਮ੍ਰਿਤ ਦੀ ਵਰਖਾ ਕੀਤੀ ਤੇ ਸਾਰੇ ਜ਼ਿੰਦਾ ਹੋਏ ਹੁਣ ਕਵੀ ਜੀ ਨੇ ਇਸ ਗੱਲ ਨੂੰ ਲਿਖਿਆ ਕਿ ਜਿੱਥੇ ਅੰਮ੍ਰਿਤ ਦੀ ਵਰਖਾ ਹੋਈ ਉੱਥੇ ਹੀ ਅੰਮ੍ਰਿਤਸਰ ਤੀਰਥ ਬਣਿਆ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਉਹਨਾਂ ਨੇ ਬਿਆਨ ਕੀਤਾ ਜਨਮ ਕਰਮ ਦਾ ਆਥਾ ਮਹਾਂਪੁਰਖਾਂ ਦਾ ਹੈ ਤੀਰਥ ਨਾਮ ਸ਼ੁਮਾਰ ਕੀਤਾ ਗੁਰੂ ਨਾਨਕ ਅੰਗਦ ਅਮਰ ਗੁਰੂ ਜੀ ਚਰਨ ਪਾਏ ਪਵਿੱਤਰ ਸਾਰ ਕੀਤਾ ਰਾਮਦਾਸ ਅਰਜਨ ਗੁਰੂ ਹਰਿ ਗੋਬਿੰਦ ਗੁਰੂ ਕਈ ਬਰਸ ਹੀ ਧਰਮ ਪ੍ਰਚਾਰ ਕੀਤਾ ਕੀਤੇ ਤਪ ਭਾਰੇ ਸਤ ਗੁਰਾਂ ਨੇ ਜੀ ਪਾਪੀ ਜੀਆਂ ਦਾ ਬੈਠ ਉਦਾਰ ਕੀਤਾ ਕਾਰ ਕਰਨ ਨੂੰ ਹਰ ਜੀ ਆਪ ਆਏ ਗੁਰਬਾਣੀ ਅੰਦਰ ਗੁਰਾਂ ਜ਼ਹਰ ਕੀਤਾ ਅੱਥੇ ਪਹਿਰ ਹੀ ਭਜਨ ਕਰਤਾਰ ਹੋਵੇ ਭਗਤੀ ਪ੍ਰੇਮ ਸੰਦਾ ਪੂਰਨ ਆਹਰ ਕੀਤਾ ਸਬਨਾ ਯੁਕਤੀਆਂ ਥੀ ਤੀਰਥ ਰਾਜ ਸਚਾ ਸਿਰ ਅਮਰਤ ਸਰ ਵਿਚਾਰ ਕੀਤਾ ਕਾਗ ਹੰਸ ਹੋ ਗਏ ਕਰਤਾਰ ਸਿੰਘਾ ਸ਼ੁੱਧ ਹੋ ਇਸ਼ਨਾਨ ਇੱਕ ਵਾਰ ਕੀਤਾ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦੇ ਮਹਿਮਾ ਨੂੰ ਬਿਆਨ ਕਰਦੇ ਨੇ ਇੱਕ ਤੇ ਪੁਰਾਤਨ ਘਟਨਾ ਸੀ ਕਿ ਉੱਥੇ ਅੰਮ੍ਰਿਤਸਰ ਬਣਿਆ ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਇਸ ਜਗ੍ਹਾ ਨੂੰ ਔਰ ਇਸ ਤੋਂ ਇਲਾਵਾ ਵੱਡੇ ਤਪ ਕੀਤੇ ਇੱਥੋਂ ਤੱਕ ਲਿਖਿਆ ਹੈ ਇਤਿਹਾਸਾਂ ਦੇ ਵਿੱਚ ਕਿ ਭਗਵਾਨ ਸਵੈਮ ਇਸ ਸਰੋਵਰ ਦੀ ਕਾਰ ਸੇਵਾ ਦੇ ਵਾਸਤੇ ਪਹੁੰਚੇ ਸਨ ਮਨੁੱਖਾ ਸਰੂਪ ਨੂੰ ਤਾਰਨ ਕਰਕੇ ਇਸ ਤੋਂ ਇਲਾਵਾ ਇੱਕ ਪੁਰਾਤਨ ਘਟਨਾ ਵੀ ਜੁੜਦੀ ਹੈ ਬੀਬੀ ਰਜਨੀ ਦੀ ਬੀਬੀ ਰਜਨੀ ਦੇ ਪਤੀ ਨੇ ਦੇਖਿਆ ਸੀ ਕਿ ਜਿਹੜੇ ਕਾਂ ਉਹ ਇਸ ਸਰੋਵਰ ਦੇ ਵਿੱਚ ਨਾਉਂਦੇ ਨੇ ਤੇ ਫਿਰ ਹੰਸ ਬਣ ਜਾਂਦੇ ਨੇ ਉਸ ਪਿਛੋਕੜ ਨੂੰ ਵੀ ਜੋੜਿਆ ਇਸ ਤਰੀਕੇ ਦੇ ਨਾਲ ਇਸ ਤੀਰਤ ਦੀ ਜਿਹੜੀ ਮਹਿਮਾ ਹੈ ਨਾ ਉਸ ਨੂੰ ਕਵੀ ਜੀ ਬਿਆਨ ਕਰ ਰਹੇ ਹਨ ਇਹ ਅਖਿਆਨ ਸੁਣਿਓ ਕਾਂ ਸੀਸ਼ ਕ੍ਰਿਤ ਕਰਤ ਭਾਏ ਚਰਨ ਧਰ ਸਿਸ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਭਾਈ ਗੁਰਦਾਸ ਜੀ ਨੇ ਕਾਂਸੀ ਦੇ ਪੰਡਤਾਂ ਨੂੰ ਸੁਣਾਏ ਨੇ ਜਦੋਂ ਇਸ ਤਰ੍ਹਾਂ ਦਾ ਸਾਰਾ ਵਿਖਿਆਨ ਸੁਣਾਇਆ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕ੍ਰਿਤ ਕਰਤ ਹੋ ਗਏ ਨੇ ਭਾਵਕੇ ਨਿਹਾਲ ਤੋਂ ਨਿਹਾਲ ਹੋ ਗਏ ਨੇ ਤੇ ਭਾਈ ਗੁਰਦਾਸ ਦੇ ਚਰਨਾਂ ਦੇ ਉੱਤੇ ਉਹਨਾਂ ਪੰਡਤਾਂ ਨੇ ਸਿਰ ਝੁਕਾਇਆ ਤਾਨ ਤਾਨ ਕਹਿ ਭਾਗ ਸਰਾਹ ਗੋਪ ਕਥਾ ਬਰਨੀ ਮੁਨੀ ਨਾਹ ਸਾਰੇ ਪੰਡਤ ਕਹਿੰਦੇ ਨੇ ਭਾਈ ਗੁਰਦਾਸ ਨੂੰ ਕਿ ਤੁਸੀਂ ਤਨਤਾ ਦੇ ਯੋਗ ਹੋ ਜਿੰਨੀ ਵੀ ਤੁਹਾਡੀ ਛਲਾਗਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਜਿਹੜੀ ਬਹੁਤ ਜ਼ਿਆਦਾ ਗੋਪ ਕਥਾ ਸੀ ਜਿੰਨੂੰ ਬਹੁਤੇ ਨਹੀਂ ਸੁਣ ਜਾਣਦੇ ਉਹਨਾਂ ਨੂੰ ਤੁਸੀਂ ਹੇ ਮੁਨੀ ਰਾਜ ਸਾਰਿਆਂ ਦੇ ਸਾਹਮਣੇ ਬਿਆਨ ਕੀਤਾ ਜੈ ਗੁਰਦਾਸ ਵੇ ਮਲਮਤ ਗਿਆਨੀ ਅਬ ਹਮਰੇ ਮਨ ਨਿਸ਼ਚੈ ਠਾਨੀ ਸਾਰੇ ਪੰਡਤ ਗੁਰਦਾਸ ਨੂੰ ਕਹਿੰਦੇ ਨੇ ਕਿ ਗੁਰਦਾਸ ਜੀ ਤੁਹਾਡੀ ਜੈ ਹੋਵੇ ਤੁਸੀਂ ਮੈਲ ਤੋਂ ਰਹਿਤ ਮਤ ਦੇ ਗਿਆਨੀ ਹੋ ਅਸੀਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਿਸ਼ਚੈ ਨੂੰ ਹੁਣ ਧਾਰਨ ਕੀਤਾ ਤੁਮ ਤੇ ਸੰਛੈ ਗयो ਹਮਾਰਾ ਬੇਵਦ ਬੇਦ ਬਿਦ ਕਿਓ ਉਚਾਰਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਵੱਖਰੇ ਵੱਖਰੇ ਪੇਤਾਂ ਦੇ ਨਾਲ ਤੁਸੀਂ ਆਪਣੀ ਗੱਲ ਨੂੰ ਬਿਆਨ ਕੀਤਾ ਹੈ ਇਹਨਾਂ ਗੱਲਾਂ ਨੂੰ ਸੁਣ ਕੇ ਸਾਰੇ ਪੰਡਤ ਕਹਿੰਦੇ ਨੇ ਕਿ ਇਹ ਭਾਈ ਗੁਰਦਾਸ ਜੀ ਸਾਡੇ ਮਨ ਦੇ ਵਿੱਚ ਜਿਹੜਾ ਸ਼ੰਕਾ ਸੀ ਨਾ ਉਹ ਸਾਰੇ ਦਾ ਸਾਰਾ ਦੂਰ ਹੋ ਗਿਆ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਨੂੰ ਇੰਜ ਬਿਆਨ ਕਰਦੇ ਪਰਮ ਦੂਰ ਹੋ ਗਏ ਸਾਰੇ ਪੰਡਤਾਂ ਦੇ ਅੱਗੇ ਭਾਈ ਜੀ ਅਸੀਸ ਚੁਕਾਮ ਦੇਨੇ ਹਵਾਰਾਂ ਦੀ ਰਚਨਾ ਬਹੁਤ ਮੋਟੀ ਉੱਕੀ ਗਵਾਰਾਂ ਦੀ ਬੋਲੀ ਜਤਾਉਂਦੇ ਨੇ ਇਸੇ ਵਾਸਤੇ ਭਾਈ ਜੀ ਵਿੱਚ ਕਾਂਸ਼ੀ ਨਵੀਂ ਰਚਨਾ ਹੋਰ ਰਚਾਉਂਦੇ ਨੇ ਭਾਸ਼ਾ ਵਿੱਚ ਫਿਰ ਛੰਤ ਕਵਿਤ ਆਖੇ ਬਹੁਤ ਯੁਕਤੀਆਂ ਉਕਤੀਆਂ ਪਾਉਂਦੇ ਨੇ ਅਲੰਕਾਰ ਸੁਨੇ ਪਰ ਵਿੱਚ ਛੰਦਾਂ ਸੋਹਣੇ ਕਾਵਦੇ ਗੁਣ ਦਿਖਾਉਂਦੇ ਨੇ ਜ਼ੋਰ ਵਿਦਿਆ ਦੇ ਕਰਤਾਰ ਸਿੰਘਾ ਗੁਰਸਿੱਖੀ ਦਾ ਡੰਕਾ ਵਜਾਮ ਦੇ ਨੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਦੀ ਬਖਸ਼ੀ ਹੋਈ ਵਿਦਿਆ ਦੇ ਜ਼ੋਰ ਦੇ ਨਾਲ ਆਪਣਾ ਡੰਕਾ ਵਜਾਇਆ ਭਾਈ ਗੁਰਦਾਸ ਨੇ ਤੇ ਸਾਰਿਆਂ ਦੇ ਪਰਮ ਦੂਰ ਕੀਤੇ ਤੇ ਪੰਡਤ ਮਾਨੋ ਕਿ ਉਸ ਵੇਲੇ ਭਾਈ ਗੁਰਦਾਸ ਜੀ ਦੇ ਚਰਨਾਂ ਦੇ ਉੱਤੇ ਸਬ ਬੰਧਨ ਕਰ ਸਦਨ ਸਿਦਾਰੇ ਪੀ ਮਹਿਮਾ ਗੁਰਦਾਸ ਉਦਾਰੇ ਸਾਰੇ ਨਮਸਕਾਰਾਂ ਕਰ ਕਰਕੇ ਪੰਡਤ ਆਪੋ ਆਪਣੇ ਟਿਕਾਣਿਆਂ ਦੇ ਵਿੱਚ ਵਾਪਸ ਚਲੇ ਗਏ ਨੇ ਉਸ ਵੇਲੇ ਭਾਈ ਗੁਰਦਾਸ ਜੀ ਦੇ ਬਹੁਤ ਵੱਡੇ ਮਹਿਮਾ ਫੈਲੇ ਇਕ ਤੋੜ ਨੇ ਪਕੋ ਗੁਰ ਬਣ ਗयो ਅਰ ਨਰ ਕੋ ਗਨ ਸਿੱਖ ਸੋ ਭਇਓ ਇੱਕ ਪਾਸੇ ਵਿਦਿਆ ਦੇ ਵਿੱਚ ਕੋਈ ਬਰਾਬਰੀ ਦਾ ਨਹੀਂ ਸੀ ਕਾਂਸੀ ਦੇ ਵਿੱਚ ਭਾਈ ਗੁਰਦਾਸ ਦੇ ਦੂਸਰੇ ਪਾਸੇ ਰਾਜੇ ਨੂੰ ਵੀ ਆਪਣਾ ਚੇਲਾ ਬਣਾਇਆ ਸੀ ਤੇ ਤੀਸਰੇ ਪਾਸੇ ਬਹੁਤ ਸਾਰੇ ਮਨੁੱਖ ਵੀ ਭਾਈ ਗੁਰਦਾਸ ਦੇ ਚੇਲੇ ਸਨ ਸਰਬਪੂਰੀ ਜਸ ਇਸ ਕੋ ਕਰ ਬੰਦਾ ਚਰਨ ਅਗਰ ਨਰ ਪਰ ਸਾਰੀ ਕਾਂਸੀ ਭਾਈ ਗੁਰਦਾਸ ਦੇ ਚਰਨਾਂ ਦੇ ਉੱਤੇ ਨਿੰਮਦੀ ਸੀ ਸਾਰੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਸਨ ਗੁਰੂ ਗੁਰੂ ਸਭ ਨਾਮ ਉਚਾਰੈ ਮਨ ਭਾਵਤ ਤਰਪੇਟ ਅਗਾਰੈ ਸਾਰੇ ਮਨ ਭੌਂਦਿਆਂ ਪੇਟਾਵਾਂ ਨੂੰ ਭਾਈ ਗੁਰਦਾਸ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਸਨ ਤੇ ਸਾਰੇ ਗੁਰੂ ਗੁਰੂ ਹੀ ਨਾਮ ਉਚਾਰਦੇ ਸਨ ਭਾਈ ਗੁਰਦਾਸ ਸਬਬੇਦ ਸੇਵਾ ਨਿਪ ਕਰਵਾਵੇ ਗੁਰੂ ਸ਼ਬਦ ਕੇ ਅਰਥ ਸੁਣਾਵੇ ਹਰ ਇੱਕ ਪ੍ਰਕਾਰ ਦੀ ਜਿਹੜੀ ਸੇਵਾ ਹੈ ਉਹ ਰਾਜਾ ਭਾਈ ਗੁਰਦਾਸ ਦੀ ਕਰਵਾਉਂਦਾ ਸੀ ਕਿਉਂਕਿ ਗੁਰਬਾਣੀ ਦੇ ਜਿਹੜੇ ਸ਼ਬਦਾਂ ਦਾ ਅਰਥ ਬੋਧ ਹੈ ਨਾ ਉਹ ਭਾਈ ਗੁਰਦਾਸ ਜੀ ਉਸ ਨੂੰ ਸੁਣਾਉਂਦੇ ਸਨ ਮਹਿਮਾ ਭਾਈ ਮਹਾ ਤੇ ਮਹਾ ਤਉ ਗੁਰ ਦਿਸ਼ ਤੇ ਦੁੱਖ ਕੋ ਲਹਾਂ ਗ੍ਰੰਥਾਕਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਭਾਈ ਗੁਰਦਾਸ ਦੀ ਮਹਿਮਾ ਵੱਡੀ ਤੋਂ ਵੱਡੀ ਪ੍ਰਗਟ ਹੋਈ ਪਰ ਦੂਸਰੇ ਪਾਸੇ ਪਾਈ ਗੁਰਦਾਸ ਜੀ ਗੁਰੂ ਦੇ ਵਿਛੋੜੇ ਦੇ ਦੁੱਖ ਨੂੰ ਬੜਾ ਵੱਡਾ ਸਹਾਰਿਆ ਸਨ ਉਹਨਾਂ ਨੂੰ ਇੱਕ ਪਾਸੇ ਤੇ ਖੁਸ਼ੀ ਮਿਲ ਰਹੀ ਸੀ ਪਰ ਦੂਸਰੇ ਪਾਸੇ ਸਤਗੁਰਾਂ ਤੋਂ ਦੂਰ ਰਹਿਣ ਦੇ ਕਾਰਨ ਉਹ ਬੜੇ ਦੁਖੀ ਸਨ ਉਹ ਬੜੇ ਵਿਯੋਗ ਦੇ ਵਿੱਚ ਸਨ ਕਿਸ ਤਰ੍ਹਾਂ ਦਾ ਵਿਯੋਗ ਸੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੰਜ ਬਿਆਨ ਕੀਤਾ ਹੋਇਆ ਮਾਨ ਪਤ੍ਰਿਸ਼ਟਾ ਵਦੀ ਪਾਰੀ ਰਹਿੰਦੇ ਭਾਈ ਜੀ ਦਿਲੋਂ ਉਦਾਸ ਹਰਦਮ ਜਿਵੇਂ ਪਤੀ ਤੋਂ ਵਿਛੜੀ ਣਾਰ ਹੁੰਦੀ ਲੈਂਦੇ ਰਹਿਣ ਓਵੇਂ ਉੱਬੇ ਸਵਾਸ ਹਰ ਦਮ ਸਤ ਗੁਰਾਂ ਤੋਂ ਵਿਛੜੇ ਦੁਖੀ ਹੋਏ ਜਾਂਦਾ ਸੁਕਦਾ ਲਹੂ ਤੇ ਮਾਸ ਹਰ ਦਮ ਬੁਲਬੁਲ ਫੜ ਸਿਆਦ ਨੇ ਕੈਦ ਕੀਤੀ ਜਾਣਾ ਚਾਹੁੰਦੀ ਖੁੱਲ ਦੇ ਪਾਸ ਹਰ ਦਮ ਵੱਚੇ ਬਿਨਾ ਜਿਉ ਗਊ ਨਾ ਚੁਗੇ ਚਾਰਾ ਰਹਿੰਦੀ ਤੱਕ ਦੀ ਵੱਲ ਆਵਾਸ ਹਰ ਦਮ ਉਸੇ ਤਰ੍ਹਾਂ ਗੁਰਦਾਸ ਕਰਤਾਰ ਸਿੰਘਾ ਗੁਰ ਚਰਣਾ ਦੀ ਰਖਿਆ ਹਰ ਦਮ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਵੇਂ ਗਊ ਤੋਂ ਬੱਚਾ ਵਿਛੜ ਜਾਵੇ ਗਊ ਆਪਣੇ ਬੱਚੇ ਦੇ ਵਿਯੋਗ ਦੇ ਵਿੱਚ ਘਾਣੇ ਖਾਂਦੀ ਇਸੇ ਤਰੀਕੇ ਦਾ ਵਿਛੋੜਾ ਹੈ ਪਾਈ ਗੁਰਦਾਸ ਨੂੰ ਬੜੇ ਚਿੰਤਤ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕਿਸ ਤਰ੍ਹਾਂ ਵਿਚੜ ਗਏ ਆਂ ਇਹ ਭਾਵੇਂ ਕਿਸ ਤਰ੍ਹਾਂ ਦੀ ਵਿਧ ਬਣਾ ਦਿੱਤੀ ਬੀ ਤਿਓ ਚਿਰ ਦਰਸ਼ਨ ਤੇ ਹੀ ਨ ਤਰਫਤ ਚਿਤ ਜਿਵੇਂ ਜਲ ਬਿਨ ਮੀਨ ਕਵੀ ਜੀ ਲਿਖਦੇ ਨੇ ਕਿ ਬੜਾ ਚਿਰ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਭਾਈ ਜੀ ਨੂੰ ਨਸੀਬ ਨਹੀਂ ਹੋਏ ਇਸ ਤਰ੍ਹਾਂ ਤੜਫਦੇ ਨੇ ਜਿਵੇਂ ਕਿ ਪਾਣੀ ਤੋਂ ਬਗੈਰ ਮੱਛੀ ਤੜਪਦੀ ਸੁਖਦ ਵਸਤ ਬਹੁ ਮੋਲੀ ਆਵੇ ਗੁਰੂ ਬਿਰ ਕਰ ਨਹੀਂ ਓਰ ਭਾਵੇਂ ਭਾਵੇਂ ਕਿ ਹਰ ਇੱਕ ਚੀਜ਼ਾਂ ਸੁਖਦਾਈ ਵਸਤੂਆਂ ਵੱਡ ਮੁੱਲੀਆਂ ਮਿਲਦੀਆਂ ਨੇ ਭਾਈ ਗੁਰਦਾਸ ਨੂੰ ਪਰ ਤਾਂ ਵੀ ਗੁਰੂ ਦੇ ਵਿਛੋੜੇ ਦੇ ਕਾਰਨ ਉਹ ਚੀਜ਼ਾਂ ਰਤਾ ਵੀ ਚੰਗੀਆਂ ਨਹੀਂ ਲੱਗਦੀ ਜੇ ਮਾਤ੍ਰਿਕ ਇੱਕ ਬੂੰਦ ਚਹੰਤਾ ਆਦ ਸੇਂਦ ਨਦ ਨੀਰ ਤਜੰਤਾ ਹੁਣ ਕਵੀ ਜੀ ਪ੍ਰਮਾਣ ਦੇ ਰਹੇ ਨੇ ਕਿ ਜਿਸ ਤਰ੍ਹਾਂ ਪਪੀਹਾ ਜਿਹੜਾ ਚਾਤਰਕ ਹੈ ਉਹ ਸ਼ਾਂਤੀ ਦੀ ਬੂੰਦ ਨੂੰ ਚਾਹੁੰਦਾ ਹੈ ਭਾਵੇਂ ਸਾਗਰ ਸਾਰੇ ਦਾ ਸਾਰਾ ਪਾਣੀ ਦੇ ਨਾਲ ਕਿਉਣਾ ਭਰਿਆ ਹੋਵੇ ਵਿਦਵਾਨ ਕਹਿੰਦੇ ਨੇ ਕਿ ਪਪੀਹਾ ਕਦੇ ਵੀ ਆਮ ਪਾਣੀ ਨੂੰ ਨਹੀਂ ਪੀਂਦਾ ਉਹ ਸ਼ਾਂਤੀ ਨਛੱਤਰ ਦੇ ਵਿੱਚੋਂ ਨਿਕਲੀ ਹੋਈ ਬੂੰਦ ਨੂੰ ਪੀਂਦਾ ਇੱਕ ਬੂੰਦ ਲੈਂਦਾ ਤੇ ਤ੍ਰਿਪਤ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਆਵੇਂ ਕੇ ਸਾਰਾ ਕੁਝ ਹਾਸਲ ਹੈ ਭਾਈ ਗੁਰਦਾਸ ਨੂੰ ਮਾਣ ਹੈ ਵਕ ਵਕ ਵਸਤੂਆਂ ਮਿਲਦੀਆਂ ਨੇ ਪਰ ਇੱਕ ਸਤਿਗੁਰਾਂ ਦਾ ਜਿਹੜਾ ਦਰਸ਼ਨ ਹੈ ਨਾ ਉਹ ਸ਼ਾਂਤੀ ਬੂੰਦ ਵਰਗਾ ਨਹੀਂ ਮਿਲਦਾ ਇਸ ਕਰਕੇ ਭਾਈ ਜੀ ਬੜੇ ਦੁਖੀ ਜਥਾ ਕਾਂਤ ਕੇ ਬ੍ਰਹਿ ਕਰ ਤਰਨੀ ਦੁਖਦ ਹੋਤ ਜੇ ਸੁਖ ਦਾ ਬਰਨੀ ਜਿਸ ਤਰ੍ਹਾਂ ਔਰਤ ਦਾ ਕੰਤ ਪਾਸ ਨਾ ਹੋਵੇ ਪਤੀ ਪਾਸ ਨਾ ਹੋਵੇ ਔਰ ਉਹ ਬੜੀ ਦੁਖੀ ਹੁੰਦੀ ਹੈ ਆਪਣੇ ਕੰਤ ਤੋਂ ਬਗੈਰ ਆਪਣੇ ਪਤੀ ਤੋਂ ਬਗੈਰ ਇਸ ਤਰ੍ਹਾਂ ਭਾਈ ਗੁਰਦਾਸ ਦੀ ਹਾਲਤ ਹੈ। ਨੀਰ ਨੈਣ ਚਿਤ ਚੈਨ ਨਾ ਕੈਸੇ ਦਰਬ ਕਿਰਪਣ ਕੋ ਬਿਨ ਸਤ ਜੈਸੇ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਦਿੱਤੇ ਨੇ ਕਿ ਕਿਸ ਤਰ੍ਹਾਂ ਦੁਖੀ ਨੇ। ਅਗਲਾ ਪ੍ਰਮਾਣ ਦਿੰਦੇ ਨੇ ਕਿ ਨੀਰ ਨੈਣ ਚਿਤ ਚੈਨ ਨਾ ਕੈਸੇ ਅੱਖਾਂ ਦੇ ਵਿੱਚ ਹੰਝੂਆਂ ਦਾ ਪੈਣੇ ਚੈਣ ਰਤਾ ਪਰਵੇ ਨੇ ਦਰਬ ਕਿਰਪਣ ਕੋ ਬਿਨਸਤ ਜੈਸੇ ਇਸ ਤਰ੍ਹਾਂ ਦੀ ਹਾਲਤ ਪਾਈ ਗੁਰਦਾਸ ਜੀ ਹੋ ਗਈ ਹੈ ਕਿ ਜਿਵੇਂ ਕੰਜੂਸ ਦਾ ਜੋੜਿਆ ਹੋਇਆ ਸਾਰੀ ਉਮਰ ਦਾ ਧਨ ਲੁੱਟ ਗਿਆ ਹੋ ਦੋਰਿਓ ਲਹ ਸੰਕਟ ਔਰ ਪਾਰੇ ਤਬ ਮਨ ਕਰ ਸਤਿਗੁਰੂ ਚਿਤਾਰੇ ਲੋਕ ਛੇਪਕੇ ਆਪਣੇ ਸੰਕਟਾਂ ਨੂੰ ਪਾਰਿਆ ਹੈ ਤਬ ਮਨ ਕਰ ਸਤਿਗੁਰੂ ਚਿਤਾਰੇ ਮਨੋ ਹੀ ਮਨ ਪਾਈ ਗੁਰਦਾਸ ਜੀ ਸਤਿਗੁਰੂ ਸਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ। हे ਗੋਰੀ ਅੰਤਰ ਜਾਮੀ Swami ਬਖਸ਼ਤ ਸਦਾ ਸੇਵਕਨ ਖਾਮੇ ਅਰਦਾਸਾਂ ਕਰਦੇ ਨੇ ਮਨੋ ਹੀ ਕਿ हे ਸਤਿਗੁਰੂ ਸਚੇ ਪਾਤਸ਼ਾਹ ਜੀ ਤੁਸੀਂ Swami ਹੋ ਤੁਸੀਂ ਮਾਲਕ ਹੋ ਤੁਸੀਂ ਅੰਤਰ ਜਾਮੀ ਹੋ ਆਦਾਸ ਭਾਵੇਂ ਕਿੰਨੇ ਵੀ ਗੁਨਾਹ ਕਰਦੇ ਨੇ ਸਚੇ ਪਾਤਸ਼ਾਹ ਤੁਸੀਂ ਦਾਸਾਂ ਦੇ ਗੁਨਾਵਾਂ ਨੂੰ ਬਖਸ਼ ਕੇ ਮਾਫ ਕਰ ਦਿੰਦੇ। ਦੀਨ ਦਇਆਲ ਗਰੀਬ ਨਿਵਾਜਾ ਨਾਮ ਕਹ ਇਮਰੰਕ ਕੇ ਰਾਜਾ ਸੱਚੇ ਪਾਤਸ਼ਾ ਤੁਸੀਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਇਆਲੂ ਹੋ ਸੱਚੇ ਪਾਤਸ਼ਾ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਵਾਜ ਹੋ اے ਸੱਚੇ ਪਾਤਸ਼ਾ ਰਾਜੇ ਤੇ ਕੰਗਾਲ ਇਸੇ ਤਰ੍ਹਾਂ ਦੇ ਤੁਹਾਡੇ ਨਾਵਾਂ ਦਾ ਬਿਆਨ ਕਰਦੇ ਸਿਮਰਨ ਕਰੋ ਹਕਾਰੋ ਮੋਹੀ ਨਹੀਂ ਆਪ ਤੇ ਆਵਣ ਹੋਹੀ ਮਨੋ ਹੀ ਅਰਦਾਸਾਂ ਕਰਦੇ ਨੇ ਭਾਈ ਗੁਰਦਾਰ ਜੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਸਿਮਰਨ ਕਰੋ ਮੈਨੂੰ ਯਾਦ ਕਰੋ ਆਪਣੇ ਆਪ ਹੁਕਮ ਕਰਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਬੁਲਾ ਲਓ ਨਹੀਂ ਆਪ ਤੇ ਆਵਣ ਹੋਹੀ ਸੱਚੇ ਪਾਤਸ਼ਾਹ ਆਪਣੇ ਆਪ ਮੈਂ ਤੁਹਾਡੇ ਕੋਲ ਆ ਨਹੀਂ ਸਕਦਾ ਮੈਨੂੰ ਕਰਤੂਤ ਦਾ ਡਰ ਹੈ ਨਹੀਂ ਦਾਸ ਕੇ ਬਸ ਕਿਸ ਪਾਂਤੀ ਆਪ ਆਹੋ ਸਮਰੱਥ ਬਖੇ ਆਤੀ ਸੱਚੇ ਪਾਤਸ਼ਾਹ ਮੈਂ ਦਾਸਾਂ ਮੇਰੇ ਹੱਥ ਵਸ ਕੁਝ ਵੀ ਨਹੀਂ ਹੈ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਰੂਪ ਹੋ ਔਰ ਤੁਸੀਂ ਪ੍ਰਗਟ ਹੋ ਕਿਰਪਾ ਕਰਕੇ ਆਪ ਮੈਨੂੰ ਯਾਦ ਕਰਕੇ ਆਪਣੇ ਕੋਲ ਬੁਲਾ ਲਓ ਜਿਵੇਂ ਚਾਹੋ ਤਿਮ ਰਚੋ ਗੋਸਾਈਂ ਬਿਗਰੇ ਸੁਧਰੇ ਸੁਧ ਬਿਗਰਾਹੀਂ ਭਾਈ ਗੁਰਦਾਸ ਜੀ ਆਪਣੀ ਬੇਨਤੀ ਦੇ ਵਿੱਚ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਐਸੇ ਸਮਰੱਥ ਹੋ ਜੋ ਚਾਹੋ ਉਹੀ ਕਰ ਸਕਦੇ ਹੋ بگਰੇ ਸੁਧਰੈ ਸੁਧ ਬਿਗਰਾਹੇ ਸੱਚੇ ਬਾਦਸ਼ਾਹ ਵਿਗੜਿਆ ਨੂੰ ਤੁਸੀਂ ਸੁਧਾਰ ਸਕਦੇ ਹੋ ਤੇ ਸੁਧਰਿਆ ਨੂੰ ਤੁਸੀਂ ਵਿਗਾੜ ਸਕਦੇ ਇਹ ਮ ਬੇਨਤੀ ਕਰ ਕਬਤ ਬਣਾਏ ਬੁਰੂ ਧਿਆਨ ਕਰ ਦੇਤ ਸੁਣਾਏ ਗ੍ਰੰਥਾ ਕਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸਤਿਗੁਰਾਂ ਦੀ ਯਾਦ ਦੇ ਵਿੱਚ ਫਿਰ ਭਾਈ ਗੁਰਦਾਸ ਨੇ ਬਹੁਤ ਸਾਰੇ ਕਵਿਤ ਬਣਾਏ ਨੇ ਕਵਿਤਾਵਾਂ ਨੂੰ ਬਣਾ ਕੇ ਆਪਣੇ ਬਾਣੇ ਦੀ ਰਚਨਾ ਕਰਕੇ ਗੁਰੂ ਧਿਆਨ ਕਰ ਦੇਤ ਸੁਣਾਏ ਤੇ ਗੁਰੂ ਦੇ ਧਿਆਨ ਨੂੰ ਧਾਰਨ ਕਰਕੇ ਫਿਰ ਭਾਈ ਗੁਰਦਾਸ ਜੀ ਆਪਣੇ ਕਵਿਤਾ ਨੂੰ ਸੁਣਾ ਦਿੰਦੇ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਬਿਰਹੋਂ ਦਾ ਇਸ ਤਰ੍ਹਾਂ ਦਾ ਇੱਕ ਕਵਿਤ ਰਚਿਆ ਭਾਈ ਗੁਰਦਾਸ ਜੀ ਨੇ ਲਿਖਿਆ ਜੈਸੇ ਤੋਂ ਬਚਰਾ ਬਿਲਲਾਤ maat ਮਿਲਵੇ ਕੋ ਬੰਦਨ ਕੇ ਵਸ ਕਛੂ ਬਾਸਨਾ ਬਸਾਤ ਹੈ ਜੈਸੇ ਤੋਂ ਬਿਗਾਰੀ ਚਾਹੇ ਪਵਨ ਗਵਨ ਕੀਓ पारवास परे चितवत हि बिहात है जैसे ब्रहने प्रिया संगम स्नेह चाहे लाजकुल अंकश कै दुर्बल घात है तैसे गुरु चरण शरण सुख चाहे सिख आज्ञाबद रहत विदेश अकुलात है इसदा जेड़ा सरल जाप आव है ना इस तरह वछा जिस तरह रस्से दे नाल बदा ਗਉ ਪਾਸਿ ਉਹ ਸਕਦਾ ਜਾ ਨਹੀਂ ਜਿਉ ਵਿਗਾਰੀ ਦਾ ਧਿਆਨ ਪਰਵਾਰ ਅੰਦਰ ਪਰ ਵਸ ਪਿਆ ਸਕੇ ਆ ਨਹੀਂ ਨੌਕਰ ਮਾਲਕ ਦੇ ਬਦਾਂ ਹੁਕਮ ਦਾਜੀ ਪਰਦੇਸ ਤੋਂ ਪੈਰ ਪਵਾ ਨਹੀਂ ਜਿਵੇਂ ਬਿਰਹਣੀ ਕੁਲ ਦੀ ਲਾਜ ਬੱਦੀ ਸਕੇ ਪਤੀ ਨੂੰ ਮਿਲ ਮਿਲਾ ਨਹੀਂ ਕੁੰਝ ਵਿਛੜੀ ਆਪਣੇ ਬੱਚਿਆਂ ਤੋਂ ਕੁਲ ਲਾਵਦੀ ਕੁਝ ਸੁਹਾਣਾ ਹੀ ਗੁਰਦ੍ਰਸ਼ਨਾ ਬਿਨਾ ਕਰਤਾਰ ਸਿੰਘਾ ਗੁਰਦਾਸ ਉਦਾਸ ਕੋਈ ਚਾ ਨਹੀਂ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਭਾਈ ਗੁਰਦਾਸ ਜੀ ਬੜੇ ਉਦਾਸ ਨੇ ਪਰ ਕੋਈ ਚਾਰਾ ਨਹੀਂ ਵੱਚਾ ਵਿਛੜਿਆ ਜਿਵੇਂ ਬਿਰਲਾਪ ਕਰਦਾ ਬੱਧਾ ਹੋਣ ਕਰ ਨਹੀਂ ਛੁਟਕਾਰ ਪਾਵੇ ਪ੍ਰਾਧੇਨ ਬਿਗਾਰੀ ਦੁਖਾਰੀ ਪਾਰਾਂ ਕਿਵੇਂ ਮੇਲ ਮਿਲਾਪ ਪਰਵਾਰ ਪਾਵੇ ਨਾਰ ਵਿਛੜੀ ਪਤੀ ਦਾ ਮੇਲ ਚਾਉਂਦੀ ਕੁੰਡਾ ਕੁਲ ਦੀ लाज ਹਟਕਾਰ ਪਾਵੇ ਚਰਨ ਸਰਣ ਦਾ ਸੋਖ ਗੁਰਦਾਸ ਚਾਹੇ ਬਿਨਾ ਆਗਿਆ ਕਿਵੇਂ دیدار ਪਾਵੇ ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਚਰਣਾ ਦੇ ਸਰਣ ਦਾ ਸੁਖ ਭਾਈ ਗੁਰਦਾਸ ਜੀ ਚਾਹੁੰਦੇ ਨੇ ਪਰ ਬਿਨਾ ਆਗਿਆ ਕਿਵੇਂ دیدار ਪਾਵੇ ਜਿੰਨਾ ਚਿਰ ਰਜਾ ਨਾ ਹੋਵੇ ਜਿੰਨਾ ਚਿਰ ਆਗਿਆ ਨਾ ਮਿਲੇ ਕਿਸ ਤਰ੍ਹਾਂ ਭਾਈ ਗੁਰਦਾਸ ਜੀ دیدارਾਂ ਪਾ ਸਕਦੇ ਨੇ ਸਤਿਗੁਰਾਂ ਦਾ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਉਸ ਵੇਲੇ ਇੱਕ ਸਵਈਆ ਵੀ ਲਿਖਿਆ ਹੈ ਇਸੇ ਪਰਥਾ ਪਾਈ ਗੁਰਦਾਸ ਜੀ ਲਿਖਦੇ ਨੇ ਮੇਨ ਸਦਾ ਜਿਮਚਾਹਤ ਨੀਰ ਕੋ ਛਾਤਰਤ ਬੋਂਦ ਸਦਾ ਮਨ ਚਾਹ ਨੀਰਜ ਚਾਹ ਸਦਾ ਰਵਕੇ ਪੁਨ ਜਿਉ ਠਲਣੀ ਸਸ ਦੇਖ ਉਮਾ ਹੈ ਅਗਰਜ ਤਾਰਤ ਹੈ ਸਭ ਹੀ ਬੋ ਪ੍ਰੀਤ ਨਾ ਤਿਆਗ ਸਦਾ ਰੁਚ ਆ ਹੈ ਕੈਸੇ ਪ੍ਰਭੂ मम ਪ੍ਰੀਤ ਰਿਦਾ ਤੁਮ ਤਾਰਤ ਹੋ ਜਨ ਪ੍ਰੀਤ ਵਧਾਵੇ ਇਸ ਤਰ੍ਹਾਂ ਦਾ ਭਾਵ ਉਸ ਵੇਲੇ ਸਵਈਏ ਦੇ ਵਿੱਚ ਪਾਈ ਗੁਰਦਾਸ ਨੇ ਬਿਆਨ ਕੀਤਾ ਮੱਛੀ ਚਾਉਂਦੀ ਪਾਣੀ ਨੂੰ ਜਿਸ ਤਰ੍ਹਾਂ ਹੈ ਚਾਤਰਕ ਬੂੰਦ ਸ਼ਾਂਤੀ ਨੂੰ ਚਾਹ ਗੁਰਜੀ ਜਿਵੇਂ ਕਵਲ ਉਡੀਕਦਾ ਚੜੇ ਸੂਰਜ ਕਮੀ ਚੰਦਰਮਾ ਦੇਖਿ ਉਮਾਹ ਗੁਰਜੀ ਭਾਵੇਂ ਨਿਤ ਵਿਛੋੜੇ ਦਾ ਦੁੱਖ ਸਿਰ ਤੇ ਭਾਵੇਂ ਨਿਤ ਵਛੋੜੇ ਦਾ ਦੁੱਖ ਸਿਰ ਤੇ ਪਰ ਪ੍ਰੀਤ ਨਾਹੀਂ ਘਟ ਜਾਏ ਗੁਰਜੀ ਉਸੇ ਤਰ੍ਹਾਂ ਗੁਰਦਾਸ ਦੀ ਤਾੜ ਨਾਏ ਸਕੇ ਪ੍ਰੀਤ ਨਾ ਮੂਲ ਘਟਾਏ ਗੁਰਜੀ ਇਸ ਤਰ੍ਹਾਂ ਦੀਆਂ ਬੇਨਤੀਆਂ ਨੇ ਭਾਈ ਗੁਰਦਾਸ ਦੀਆਂ ਆਪਣੀਆਂ ਕਵਿਤਾਾਂ ਦੇ ਵਿੱਚ ਆਪਣੀਆਂ ਸਵਈਆਂ ਦੇ ਵਿੱਚ ਇਸ ਤਰ੍ਹਾਂ ਦੇ ਛੰਦ ਕਵਿਤ ਲਿਖ ਲਿਖ ਅਰਜਾਂ ਗੁਰਾਂ ਦੇ ਪਾਸ ਸੁਨਾਵਦਾ ਰਹੇ ਮੂਰਤ ਸਤ ਗੁਰਾਂ ਦੇ ਹਿਰਦੇ ਵਿੱਚ ਧਰ ਕੇ ਪਏ ਵਿੱਚ ਛੋੜੇ ਦੇ ਦੁੱਖ ਗਿਨਾਵੰਦਾਰੇ ਮੈਥੋਂ ਭੁੱਲ ਹੋਈ ਬਖਸ਼ੋ ਗੁਰੂ ਮੇਰੇ ਵੇਲੇ ਛਲ ਗਏ ਤਾਂ ਪਛਤਾਵੰਦਾਰੇ ਬੈਠਾ ਵਿੱਚ ਪਰਦੇਸ ਕਰਤਾਰ ਸਿੰਘਾਂ ਮਿਲਣ ਵਾਸਤੇ ਔਸੀਆਂ ਪਾਮਦਾਰੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕੇ ਪ੍ਰਦੇਸ਼ ਦੇ ਵਿੱਚ ਬੈਠਾ ਹੈ ਦੂਰ ਬੈਠਾ ਹੈ ਕਿਉਂਕਿ ਆਮ ਤੌਰ ਤੇ ਆਪਾਂ ਇੱਕ ਕਹਾਵਤ ਵਰਤਦੇ ਹਾਂ ਕਿ ਕੰਦੋਲੇ ਪ੍ਰਦੇਸ਼ ਪਾਵੇਂ ਕਿ ਕਾਂਸੀ ਇੰਨਾ ਦੂਰ ਨੇ ਕਿ ਪ੍ਰਦੇਸ਼ ਹੋਵੇ ਦੂਸਰਾ ਦੇਸ਼ ਹੋਵੇ ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਪ੍ਰਦੇਸ਼ ਦੇ ਵਿੱਚ ਬੈਠਾ ਹੈ ਦੂਰ ਬੈਠਾ ਹੈ ਆਉਸਿਆਂ ਪਾਉਂਦਾ ਹੈ ਪਾਈ ਗੁਰਦਾਸ ਕਿ ਕਦੋਂ ਸਤਿਗੁਰਾਂ ਦਾ ਮੈਨੂੰ ਮਿਲਾਪ ਹੋਵੇ ਇਤਿਆਦਕ ਬਣਾਏ ਕੁਰਬਾਨੀ ਪੁਣਾ ਸੁਣਾਵ ਬਣ ਗੁਰ ਧਿਆਨੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਬਣਾਉਂਦਾ ਹੈ ਆਪਣੇ ਬਾਣੀ ਕਵਤਾ ਦੇ ਰੂਪ ਦੇ ਵਿੱਚ ਤੇ ਫਿਰ ਸੁਣਾਉਂਦਾ ਹੈ ਕਿ ਸਤਿਗੁਰਾਂ ਦੇ ਧਿਆਨ ਧਾਰਨ ਕਰਕੇ ਸਤਿਗੁਰਾਂ ਪੂਲ ਪਰਯੋਮ ਆਏ ਬਦੇਸ਼ਾ ਚਰਨ ਕਮਲ ਚਿਤ ਚਾਹ ਬਸ਼ੇਸ਼ਾ ਅਰਜਾ ਬੇਨਤੀਆਂ ਹਮੇਸ਼ਾ ਕਰਦਾ ਰਹਿੰਦਾ ਕਿ ਸੱਚੇ ਪਾਤਸ਼ਾਹ ਭੁੱਲ ਕੇ ਮੈਂ ਵਿਦੇਸ਼ ਦੇ ਵਿੱਚ ਆ ਗਿਆ ਹਾਂ ਤੁਹਾਡੇ ਚਰਣਾ ਕਮਲਾਂ ਤੋਂ ਦੂਰ ਹੋ ਗਿਆ ਹਾਂ ਪਰ ਮੇਰਾ ਚਿੱਤ ਹਮੇਸ਼ਾ ਹੀ ਤੁਹਾਡੇ ਚਰਣਾ ਕਮਲਾਂ ਨੂੰ ਲੋੜਦਾ ਹੈ ਵਿਸ਼ੇਸ਼ ਰੂਪ ਦੇ ਵਿੱਚ ਕਰੋ ਕਿਰਪਾ ਨਿਜ ਦਰਸ ਦਿਖਾਵੋ ਬਖਸ਼ੋ ਮੋਹ ਜਵਗਨ ਪਾਵੋ ਬੇਨਤੀਆਂ ਕਰਦਾ ਸੱਚੇ ਬਾਦਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣਾ ਪਵਿੱਤਰ ਦਰਸ਼ਨ ਕਰਵਾਵੋ ਮੇਰੀਆਂ ਜੜੀਆਂ ਹੋ ਚੁੱਕੀਆਂ ਭੁੱਲਾਂ ਨੇ ਸੱਚੇ ਬਾਦਸ਼ਾਹ ਤੁਸੀਂ ਉਹਨਾਂ ਉਹਗਣਾਂ ਨੂੰ ਮਾਫ਼ ਕਰਦੇ ਹੋਏ ਇਕਾਂਤ ਇਹ ਬੇਨਤੀ ਕਰ ਧਿਆਨ ਹਿਰਦੈ ਨਿਸਬਾਸਰ ਧਰ ਇਕਾਂਤ ਦੇ ਵਿੱਚ ਹੋ ਕੇ ਇਕੱਲਾ ਬੈਠ ਕੇ ਇਸ ਤਰ੍ਹਾਂ ਦੀਆਂ ਬੇਨਤੀਆਂ ਸਤਗੁਰਾਂ ਦਾ ਧਿਆਨ ਧਾਰਨ ਕਰਕੇ ਕਰਦਾ ਰਹਿੰਦਾ ਹੈ ਰਾਤ ਦਿਨ ਉਹਦੀ ਜਿਹੜੀ ਸੁਰਤੀ ਹੈ ਨਾ ਉਹ ਸਤਗੁਰਾਂ ਦੇ ਚਰਨਾਂ ਦੇ ਨਾਲ ਹੀ ਜੁੜੀ ਰਹਿੰਦੀ ਸਭ ਸਤਗੁਰ ਨੇ ਤਿਸ ਕੀ ਜਾਣੀ ਹਾਥਿਓ ਗਰਬ ਅਬ ਪਾ ਨਿਰ ਮਾਨੀ ਉਸ ਵੇਲੇ ਇਸ ਤਰ੍ਹਾਂ ਦੀਆਂ ਜਿਨੇ ਕੀਤਿਆਂ ਹੋਇਆਂ ਬੇਨਤੀਆਂ ਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਗੁਰਦਾਸ ਦੀਆਂ ਪ੍ਰਵਾਣ ਹੋ ਗਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਦਿਲ ਦੀ ਗੱਲ ਨੂੰ ਬੁੱਝ ਗਏ ਨੇ ਭਾਈ ਗੁਰਦਾਸ ਜੀ ਨੇ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਯਾਦ ਕੀਤਾ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਲਿਖਦੇਂ ਜਿਉਂ-ਜਿਉਂ ਚੇਰ ਹੁੰਦਾ ਤਿਉ ਤਿਉ ਭਾਈ ਜੀ ਦਾ ਮਨ ਗੁਰਾਂ ਦਾ ਖਾਸ ਦਿਦਾਰ ਚਾਹੇ ਤ੍ਰਿਖਵੰਤ ਜਿਉ ਪਾਣੀ ਦੀ ਆਸ ਰੱਖੇ ਭੁੱਖਾ ਪੇਟ ਤੋਂ ਜਿਵੇਂ ਆਹਾਰ ਚਾਹੇ ਜੋ ਬ੍ਰਹਣੀ ਪਤੀ ਪਰਦੇਸ ਗਿਆ ਦੁਖੀ ਹੋਏ ਮਿਲਾਪ ਵਿਚਾਰ ਚਾਹੇ ਬੁਲਬੁਲ ਖਿਜ਼ਾਂ ਦੀ ਜਿਸ ਤਰ੍ਹਾਂ ਦੁਖੀ ਕੀਤੀ ਰਹਿੰਦੀ ਸਦਾ ਉਦਾਸ ਬਹਾਰ ਚਾਹੇ ਜਿਵੇਂ ਪਤੀ ਤੋਂ ਵਿਛੜੀ ਉਸੀਆਂ ਪਾ ਰਾਤ ਦਿਨੇ ਮਿਲਣਾ ਨੇਕ ਨਾਰ ਚਾਹੇ ਤਿਵੇਂ ਭਾਈ ਗੁਰਦਾਸ ਕਰਤਾਰ ਸਿੰਘਾ ਹੁਣ ਪਹੁੰਚਣਾ ਖਾਸ ਦਰਬਾਰ ਚਾਹੇ ਉਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਖਾਸ ਦਰਬਾਰ ਦੇ ਵਿੱਚ ਪਾਈ ਗੁਰਦਾਸ ਜੀ ਪਹੁੰਚਣਾ ਚਾਹੁੰਦੇ ਅਕਸਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆਖਰ ਆਣ ਮਨਜ਼ੂਰ ਪੁਕਾਰ ਪੈ ਗਈ ਦਿੱਤੀ ਬਿਨਾ ਹੰਕਾਰ ਨਿਰਮਾਣ ਹੋ ਕੇ ਖਾਸ ਨਜ਼ਰ ਹਜ਼ੂਰੀ ਆਤਾਰ ਪੈ ਗਈ ਪੜੀ ਬੈਠ ਇਕਾਂਤ ਸਤ ਗੁਰੂ ਜੀ ਨੇ ਦਇਆ ਭਾਈ ਜੀ ਤੇ ਇੱਕੋ ਵਾਰ ਪੈ ਗਈ ਪਈ ਚਿੱਤ ਨੂੰ ਖਿੱਚ ਕਰਤਾਰ ਸਿੰਘਾਂ ਕੁੰਡੀ ਪ੍ਰੇਮ ਦੀ ਆਪੁਰਕਾਰ ਪੈ ਗਈ ਕਰਤਾਰ ਸਿੰਘ ਜੀ ਕਲਾਸ ਵਰ ਲਿਖਦੇ ਨੇ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਇੱਕ ਪਾਸੇ ਜੇਕਰ ਦਰਸ਼ਨਾ ਦੀ ਚਾਹ ਇੰਨੀ ਜ਼ਿਆਦਾ ਭਾਈ ਗੁਰਦਾਸ ਨੇ ਵਧਾਈ ਹੈ ਇਸੇ ਤਰੀਕੇ ਦੇ ਨਾਲ ਮੰਨੋ ਕਿ ਚਾਹ ਦੀ ਇੱਕ ਬਗੈਰ ਹੀ ਭੇਜੀ ਹੋਈ ਤਾਰ ਸਤਿਗੁਰਾਂ ਦੇ ਕੋਲ ਪਹੁੰਚ ਗਈ ਬੜੇ ਪਿਆਰ ਨਾਲ ਉਸ ਨੂੰ ਇਕਾਂਤ ਦੇ ਵਿੱਚ ਬਹਿ ਕੇ ਸਤਿਗੁਰਾਂ ਨੇ ਪ੍ਰੇਮ ਦੀ ਤਾਰ ਨੂੰ ਫੜਿਆ ਹੈ ਤੇ ਮਨੋ ਕੇ ਖਿੱਚ ਪਾਈ ਹੈ ਫਿਰ ਪ੍ਰੇਮ ਭਾਈ ਗੁਰਦਾਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿਲ ਨੂੰ ਮਨੋ ਕੇ ਪ੍ਰੇਮ ਦੇ ਆਣ ਕੇ ਕੁੰਡੀ ਪੈ ਗਈ ਇੱਕ ਦਿਨ ਬੈਠ ਵਿੱਚ ਦੀਵਾਨ ਸਬਨ ਸੁਨਾਵਤ ਕੀਨ ਬਖਾਨ ਹੁਣ ਭਾਈ ਗੁਰਦਾਸ ਜੀ ਦਰਸ਼ਨਾਂ ਨੂੰ ਲੋੜਦੇ ਨੇ ਦੂਸਰੇ ਪਾਸੇ ਪੁਕਾਰ ਵੀ ਭਾਈ ਗੁਰਦਾਸ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਗਈ ਹੈ ਸਤਿਗੁਰੂ ਜੀ ਦੀਵਾਨ ਦੇ ਵਿੱਚ ਇੱਕ ਦਿਨ ਬੈਠੇ ਸਨ ਤੇ ਸਾਰਿਆਂ ਨੂੰ ਸੁਣਾ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਹੁਕਮ ਕੀਤਾ ਕਹਿੰਦੇ ਨੇ ਕਿਸ ਕਾਰਨ ਤੇ ਗਾ ਗੁਰਦਾਸ ਹੈ ਖਰੀਦ ਨਹੀਂ ਪਹੁੰਚਿਓ ਬਾਸ ਜਿੱਦਣ ਦਾ ਆਣ ਕੇ ਸਿੱਖਾਂ ਨੇ ਦੱਸਿਆ ਸੀ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਪਤਾ ਨਹੀਂ ਕਿੱਥੇ ਚਲੇ ਗਏ ਪੈਸਿਆਂ ਨੂੰ ਛੱਡ ਕੇ ਚਲੇ ਗਏ ਉਸ ਦਿਨ ਤੋਂ ਬਾਅਦ ਕਦੇ ਵੀ ਸਤਿਗੁਰਾਂ ਨੇ ਭਾਈ ਗੁਰਦਾਸ ਨੂੰ ਰਤਾ ਪਰ ਵੀ ਯਾਦ ਹੀ ਨਹੀਂ ਸੀ ਕੀਤਾ ਕਿੱਥੇ ਗਿਆ ਕਿਉਂ ਗਿਆ ਕੋਈ ਗੱਲ ਨਹੀਂ ਸੀ ਕੀਤੀ ਅੱਜ ਜਦੋਂ ਪ੍ਰੇਮ ਦੀ ਤਾਰ ਨੇ ਖਿੱਚ ਪਾਈ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿਸ ਕਾਰਨ ਤੇ ਗਾ ਗੁਰਦਾਸ ਕਹਿੰਦੇ ਨੇ ਇਹ ਪਾਈ ਸਿੱਖੋ ਦੱਸੋ ਕਿਹੜੇ ਕਾਰਨ ਕਰਕੇ ਭਾਈ ਗੁਰਦਾਸ ਉੱਥੋਂ ਤੰਬੂ ਦੇ ਵਿੱਚੋਂ ਤੰਬੂ ਨੂੰ ਪਾੜ ਕੇ ਚਲਾ ਗਿਆ ਹੈ ਖਰੀਦ ਨਹੀਂ ਪਹੁੰਚਿਓ پاس ਅਸੀਂ ਤੇ ਆਖਿਆ ਸੀ ਕਿ ਘੋੜੇ ਖਰੀਦਣ ਤੋਂ ਬਾਅਦ ਸਾਡੇ ਕੋਲ ਪਹੁੰਚੇ ਪਰ ਬਗੈਰ ਕਿਸੇ ਸੂਦ ਦੇਣ ਤੋਂ ਖਬਰ ਦੇਣ ਤੋਂ ਕਿੱਥੇ ਚਲਾ ਗਿਆ ਕਹਿੰਦੇ ਨੇ ਕਹਾں ਗयो ਕੋ ਸਵਦ ਨਹੀਂ ਆਈ ਕੋ ਬਿਗਾਰ ਹੋਇਓ ਕਿ ਸਥਾਂਏ ਕਹਿੰਦੇ ਕਿੱਥੇ ਗਿਆ ਹੈ ਕੀ ਤੁਹਾਨੂੰ ਕੋਈ ਖਬਰ ਹੈ ਕੋਈ ਖਬਰ ਆਈ ਹੈ ਕਿਹੜਾ ਵਿਗਾੜ ਪੈਦਾ ਹੋ ਗਿਆ ਕਿੱਥੇ ਚਲਾ ਗਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਦੱਸੋ ਭਾਈ ਸਿੱਖੋ ਤੁਹਾਨੂੰ ਕੋਈ ਖਬਰ ਮਿਲੀ ਗੋਰ ਕਰ ਸਗਰੀ ਬੈਸ ਬਿਤਾਈ ਸੁਮਤ ਬਰਬੀਨ ਹੋ ਤੋ ਬਹੁ ਭਾਈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਭਾਈ ਗੁਰਦਾਸ ਨੇ ਆਪਣੀ ਸਾਰੀ ਉਮਰ ਲੰਘਾ ਛੱਡੀ ਬੜਾ ਸ੍ਰੇਸ਼ਟ ਬੁੱਧੀ ਦਾ مالک ਸੀ ਔਰ ਉਹ ਐਸ ਵੇਲੇ ਕਿੱਥੇ ਚਲਾ ਗਿਆ ਕਹਿੰਦੇ ਨੇ ਬਿਨਾ ਮਿਲੇ ਕਿਉਂ ਆਣ ਪਧਾਰਾ ਹਮ ਨਹੀਂ ਕਿਸ ਪ੍ਰਤੀ ਕਛੂ ਜਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੇ ਉਹਨੂੰ ਕੁਝ ਵੀ ਨਹੀਂ ਆਖਿਆ ਪਰ ਬਗੈਰ ਖਬਰ ਦਿੱਤੇ ਤਾਂ ਸਾਨੂੰ ਉਹ ਕਿੱਥੇ ਚਲਾ ਗਿਆ ਇਤ ਸੋਦ ਕਿਸ ਨੇ ਸੁਣੀ ਸੁਣਾਵੋ ਕਿਉਂ ਗਮਨਿਓ ਥਿਰ ਕਹਾਂ ਬਤਾਵੋ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਨੇ ਜੇਕਰ ਭਾਈ ਗੁਰਦਾਸ ਦੀ ਖਬਰ ਸੁਣੀ ਹੋਵੇ ਤੇ ਸਾਨੂੰ ਸੁਣਾਵੇ ਕਿਹੜਾ ਕਾਰਨ ਸੀ ਭਾਈ ਗੁਰਦਾਸ ਦੇ ਉਥੋਂ ਚਲੇ ਜਾਣ ਦਾ ਜੇਕਰ ਉਹ ਕਾਰਨ ਕਿਸੇ ਨੂੰ ਪਤਾ ਹੈ ਉਹ ਵੀ ਦੱਸੇ ਇਹ ਕਿਸੇ ਨੂੰ ਜੇਕਰ ਪਤਾ ਹੈ ਕਿ ਕਿੱਥੇ ਐਸ ਵੇਲੇ ਭਾਈ ਜੀ ਰੁਕੇ ਹੋਏ ਨੇ ਤੇ ਉਹ ਵੀ ਦੱਸੇ ਬਿਦੀ ਚੰਦ ਜੇਠਾ ਦੇ ਕਪਾਸ ਬੋਲੇ ਹੱਥ ਜੋਰ ਅਰ ਦਾਸ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਮੁਖੀ ਸਿੱਖ ਸਤਿਗੁਰਾਂ ਦੇ ਕੋਲ ਬੈਠੇ ਸਨ ਜਿਨ੍ਹਾਂ ਸਿੱਖਾਂ ਦੇ ਵਿੱਚ ਭਾਈ ਬਿਦੀ ਚੰਦ ਜੀ ਭਾਈ ਜੇਠਾ ਜੀ ਬੈਠੇ ਸਨ ਇਹਨਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਪੂਤ ਪਵੇਖਤ ਹਰ ਵਰਤਮਾਨ ਹਰਾਵਰੇ ਉਹਨ ਗਿਆਤਾ ਸਭ ਥਾਨ ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਬੀਤ ਚੁਕੇ ਸਮੇਂ ਨੂੰ ਤੁਸੀਂ ਜਾਣਦੇ ਹੋ ਆਉਣ ਵਾਲੇ ਸਮੇਂ ਨੂੰ ਤੁਸੀਂ ਜਾਣਦੇ ਹੋ ਇਸ ਚੱਲ ਰਹੇ ਵਰਤਮਾਨ ਸਮੇਂ ਨੂੰ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਤੁਹਾਨੂੰ ਸਾਰਾ ਹੀ ਪਤਾ ਹੈ ਕਿ ਕੀ ਵਾਪਰਿਆ ਪਰ ਸੱਚੇ ਪਾਤਸ਼ਾਹ ਅਸੀਂ ਤੇ ਹਲ ਪੱਗ ਜੀਵਾਂ ਸਾਨੂੰ ਕੁਝ ਵੀ ਨਹੀਂ ਪਤਾ ਕੇ ਭਾਈ ਗਰਦਾਸ ਜੀ ਕਿਉਂ ਗਏ ਕਿੱਥੇ ਗਏ ਤੇ ਕਿਉਂ ਖਬਰ ਨਹੀਂ ਦਿੱਤੀ ਜਾਣੋ ਆਪ ਗਾਇਓ ਕਿਸ ਹੇਤ ਕਹਾਂ ਜਾਏ ਬਸ ਕਰ ਨਕਿਤ ਸੱਚੇ ਪਾਤਸ਼ਾਹ ਸੀ ਨਹੀਂ ਜਾਣਦੇ ਕਿ ਕਿਉਂ ਗਿਆ ਤੇ ਕਿੱਥੇ ਗਿਆ ਤੇ ਕਾਦੇ ਵਾਸਤੇ ਗਿਆ ਪਰ ਸੱਚੇ ਪਾਤਸ਼ਾਹ ਤੁਸੀਂ ਸਾਰਾ ਹੀ ਕੋਈ ਜਾਣ ਸਕਦੇ ਹੋ ਕਿ ਇਸ ਵੇਲੇ ਪਾਏ ਗੁਰਦਾਸ ਜੀ ਕਿਸ ਜਗ੍ਹਾ ਦੇ ਉੱਤੇ ਟਿਕੇ ਹੋਏ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਨੇ ਸਵਾਲ ਕੀਤਾ ਤੇ ਬਾਕੀ ਦੇ ਸਿੱਖਾਂ ਨੇ ਇਸ ਤਰੀਕੇ ਦੇ ਨਾਲ ਜਵਾਬ ਦਿੱਤਾ ਭਾਵੇਂ ਸਮਾਂ ਕੁਛ ਟਾਲਣਾ ਚਾਹੁੰਦੇ ਸਣ ਸੱਚੇ ਪ੍ਰੇਮ ਹੋਰੇ ਖਿਚਾ ਪਾਵਦੇ ਨੇ ਇੱਕ ਦਿਨ ਦੀਵਾਨ ਦੇ ਵਿੱਚ ਬੈਠੇ ਸਤ ਗੁਰੂ ਪ੍ਰਸੰਗ ਚਲਾਉਂਦੇ ਨੇ ਭਾਈ ਗੁਰਦਾਸ ਹੋਰੀ ਕਿੱਥੇ ਚਲੇ ਗਏ ਭਾਈ ਗੁਰਦਾਸ ਹੋਰੀ ਕਿੱਥੇ ਚਲੇ ਗਏ ਆਈ ਕਿਤੋਂ ਨਾ ਖਬਰ ਸੁਨਾਉਂਦੇ ਨੇ ਭਾਈ ਜੇਠੇ ਅਤੇ ਵਿਦੀ ਚੰਦ ਪਾਸੋਂ ਸਤ ਗੁਰੂ ਜੀ ਪੁੱਛ ਪੁਛਾਉਂਦੇ ਨੇ ਭਾਈ ਵਿਦੀ ਚੰਦ ਤੋਂ ਭਾਈ ਜੇਠੇ ਤੋਂ ਸਤ ਗੁਰੂ ਜੀ ਪੁੱਛਦੇ ਨੇ ਕਿ ਖਬਰ ਨਹੀਂ ਆਈ ਕਿੱਥੇ ਗਏ ਨੇ ਅਗੋਂ ਫਿਰ ਉਹਨਾਂ ਨੇ ਕਿਸ ਤਰ੍ਹਾਂ ਜਵਾਬ ਦਿੱਤਾ ਜਾਣੇ ਜਾਣ ਸਭੋ ਕੁਝ ਜਾਣਦੇ ਹੋ ਆਖ ਦੋਵੇਂ ਹੀ ਸੀਸ ਚੁਕਾਉਂਦੇ ਨੇ ਸੱਚੇ ਪਾਤਸ਼ਾਹ ਤੁਸੀਂ ਤੇ ਜਾਣੇ ਜਾਣ ਹੋ ਸਾਰਾ ਕੁਝ ਜਾਣਦੇ ਹੋ ਸੱਚੇ ਪਾਤਸ਼ਾਹ ਅਸੀਂ ਨਹੀਂ ਜਾਣਦੇ ਕਿ ਭਾਈ ਗੁਰਦਾਸ ਕਿੱਥੇ ਸੁਣ ਸਤ ਗੁਰ ਤਵ ਤੂ ਛਣ ਪਾਏ ਅਗਲੇ ਦਿਵਸ ਸਵਾਥਿਰ ਥਏ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਤਗੁਰੂ ਜੀ ਚੁੱਪ ਕਰ ਗਏ ਫਿਰ ਕੋਈ ਬਚਨ ਨਾ ਕੀਤਾ ਅਗਲਾ ਜਦੋਂ ਹੀ ਦਿਨ ਚੜ੍ਹਿਆ ਤੇ ਸਤਗੁਰੂ ਜੀ ਫੇਰ ਸਵਾਲ ਆ ਕੇ ਬੈਠੇ ਪ੍ਰੇਮ ਵਧਾ ਗੁਰਦਾਸਾਂ ਜਿਉਂ-ਜਿਉ ਗੁਰਚਿਤ ਖਿੱਚਤ ਹੋਤ ਹੈ ਤਿਉ ਤਿਉ ਕਵੀ ਜੀ ਲਿਖਦੇ ਨੇ ਜਿਵੇਂ-ਜਿਵੇਂ ਪ੍ਰੇਮ ਵਧਦਾ ਹੈ ਗੁਰਦਾਸ ਦਾ ਦਰਸ਼ਨਾਂ ਦੇ ਵਾਸਤੇ ਤਿਨੇ-ਤਿਨੇ ਮੰਨੋ ਕਿ ਸਤਗੁਰਾਂ ਦੇ ਚਿੱਤ ਨੂੰ ਖਿੱਚ ਪੈਂਦੀ ਹੈ ਕਿ ਕਿਵੇਂ ਭਾਈ ਗੁਰਦਾਸ ਨੂੰ ਛੇਤੀ ਮਿਲਿਆ ਜਾ ਬਿਨਾ ਪਠੇ ਨਾਰਿਓ ਰੇ ਅਕਲਾਏ ਬਸੇ ਪ੍ਰੇਮ ਕੇ ਸਹਿਜ ਸੁਭਾਏ ਹੁਣ ਜਿੰਨਾ ਚਿਰ ਕੋਈ ਆਦਮੀ ਸਤਗੁਰੂ ਜੀ ਕਲਦੇ ਨੇ ਹਨ ਉਹਨਾਂ ਚਿਰ ਪਾਈ ਗੁਰਦਾਸ ਜੀ ਵਿਆਕਰਣੇ ਬਸੇ ਪ੍ਰੇਮ ਕੇ ਸਹਿਜ ਸੁਭਾਏ ਸਹਿਜ ਸੁਭਾਹੀ ਪ੍ਰੇਮ ਦੇ ਵਸਦੇ ਵਿੱਚ ਨੇ ਦੋਵੇਂ ਤਰ੍ਹਾਂ ਬਿਲ ਮਿਉ ਜਾਏ ਨਹੀਂ ਕਿਸ ਕਾਲ ਭਾਈ ਪ੍ਰੇਮ ਕੀ ਖੈਂਚ ਵਿਸਾਲ ਇੱਕ ਪਲ ਮਾਤਰ ਵੀ ਸਤਿਗੁਰੂ ਜੀ ਹੋਰ اٹਕ ਨਹੀਂ ਸਕਦੇ ਹੋਰ ਰੁਕ ਨਹੀਂ ਸਕਦੇ ਕਿਉਂਕਿ ਪ੍ਰੇਮ ਦੀ ਖਿੱਚ ਬਹੁਤ ਵੱਡੀ ਪੈ ਚੁੱਕੀ ਹੈ ਭਾਈ ਗੁਰਦਾਸ ਦੇ ਵੱਲ ਚਹਤ ਟਰਿਓ ਕੇ ਤਕ ਦਿਨ ਔਰ ਤਉ ਨ ਟਰਿਓ ਜਾਤ ਸੁਖ ਠੌਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਕਿ ਸਤਿਗੁਰੂ ਜੀ ਕੁਝ ਦਿਨ ਹੋਰ ਰੁਕਣਾ ਚਾਹੁੰਦੇ ਨੇ ਪਰ ਤਾਂਵੇਂ ਦੂਸਰੇ ਪਾਸੇ ਸੁਖਾਂ ਦੇ ਮੋਢ ਸਤਿਗੁਰਾਂ ਨੂੰ ਖਿੱਚ ਪ੍ਰੇਮ ਦੀ ਇੰਨੀ ਪਈ ਹੈ ਕਿ ਹੁਣ ਉਹ ਰੁਕ ਨਹੀਂ ਸਕਦੇ ਥੋੜੇ ਚਿਰ ਵਾਸਤੇ ਪਾਠਨ ਇਹ ਤਮਨਵ ਤਤਕਾਲ ਕੀਨ ਸਤਿਆਰੀ ਗੁਰੂ ਕਿਰ ਪਾਲ ਕਿਰਪਾਲੂ ਸਤਿਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਣ ਆਪਣਾ ਮਨ ਬਣਾਇਆ ਹੈ ਕਿ ਜਿੰਨਾ ਛੇਤੀ ਹੋ ਸਕੇ ਭਾਈ ਗੁਰਦਾਸ ਨੂੰ ਸੰਦੇਸ਼ ਭੇਜੀਏ ਇੱਕ ਮਾਨਮਨ ਨੂੰ ਸਤਿਗੁਰਾਂ ਨੇ ਤਿਆਰ ਕੀਤਾ ਭੇਜਣ ਦੇ ਵਾਸਤੇ ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰambh ਕਰਦੇ ਹਨ। ਪ੍ਰੇਮ ਮਹਾ ਗੁਰਦਾਸ ਕੋ ਖੈਂਚ ਲੀਨ ਗੁਰ ਚੀਤ ਕਨੋ ਤਿਆਰ ਤਬ ਮੇਵਰੋ ਪਉਣ ਪਰਖਣ ਕੀ ਰੀਤ। ਗ੍ਰੰਥਾਕਾਰ ਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਗੁਰਦਾਸ ਜੀ ਦੇ ਪ੍ਰੇਮ ਨੇ ਬਹੁਤ ਹੀ ਜ਼ਿਆਦਾ ਖਿੱਚ ਪਾਈ ਹੈ। ਸਤਗੁਰਾਂ ਦੇ ਚੇਤਨੂ ਫਿਰ ਸਤਗੁਰਾਂ ਨੇ ਆਪਣਾ ਇੱਕ ਮੇਵੜਾ ਇੱਕ ਅਰਦਾਸੀਆ ਭਾਈ ਗੁਰਦਾਸ ਦੇ ਵੱਲ ਭੇਜਿਆ ਹੈ ਉਸ ਦੀ ਪਰਖਣਾ ਦੇ ਲਈ ਲਿਖਿਓ ਹੁਕਮਨਾਮਾ ਤਵੇਂ ਐਸੇ ਵਰਣਨ ਕਰੋ ਸੁਨਾਮੋ ਤੈਸੇ ਕਵੀ ਜੀ ਲਿਖਦੇ ਨੇ ਕਿ ਸਤਗੁਰਾਂ ਨੇ ਹੁਕਮ ਕੀਤਾ ਹੈ ਮੇਵੜੇ ਨੂੰ ਅਰਦਾਸੀਏ ਨੂੰ ਜਾਣ ਦੇ ਵਾਸਤੇ ਸਤਗੁਰਾਂ ਨੇ ਇੱਕ ਹੁਕਮਨਾਮਾ ਲਿਖਿਆ ਹੈ ਵਰਣਨ ਕਰੋ ਸੁਨਾਮੋ ਤੈਸੇ ਕਵੀ ਜੀ ਲਿਖਦੇ ਨੇ ਕਿ ਉਸ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ ਕੀ ਲਿਖਿਆ ਸੀ ਤੇ ਕਿੰਨੂ ਲਿਖਿਆ ਸੀ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਦਾ ਕਾਂਸ਼ੀ ਈਸ਼ ਗੁਰੂ ਸਿੱਖ ਸੁਣੀਏ ਟਵਟਿਗ ਚੋਰ ਗੁਰੂ ਕੋ ਜਣੀਏ ਭਾਵੇਂ ਕੇ ਸੰਗਤ ਨਹੀਂ ਸੀ ਜਾਣਦੀ ਕਿ ਭਾਈ ਗੁਰਦਾਸ ਜੀ ਕਿਉਂ ਤੇ ਕਿੱਥੇ ਗਏ ਪਰ ਅੰਦਰ ਜਾਮੇ ਸਤਿਗੁਰੂ ਜੀ ਸਾਰਾ ਕੁਝ ਜਾਣਦੇ ਸਨ ਕਿ ਕਾਂਸ਼ੀ ਚਲਾ ਗਿਆ ਹੈ ਇਸ ਕਰਕੇ ਸਤਿਗੁਰਾਂ ਨੇ ਇੱਕ ਹੁਕਮਨਾਮਾ ਲਿਖਿਆ ਜਿਵੇਂ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਕਾਂਸੀ ਚ ਗੁਰੂ ਕੇ ਸਿੱਖ हे ਕਾਂਸੀ ਦੇ ਰਾਜੇ हे ਗੁਰੂ ਦੇ ਪਿਆਰੇ ਸਿੱਖ ਸੁਣ ਤੋਟੇ ਕਿਚੋਰ ਗੁਰੂ ਕੋ ਜਣੀਏ ਤੇਰੇ ਕੋਲ ਕਾਂਸੀ ਦੇ ਵਿੱਚ ਗੁਰੂ ਦਾ ਇੱਕ ਚੋਰ ਲੁਕਿਆ ਹੋਇਆ ਬਾਸ ਕਰੇ ਕਾਂਸੀ ਮੈਂ ਹੋਏ ਖੋਜ ਦਿਓ ਮੁਸਕਾਂ ਬੰਦ ਸੋਏ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਤੇਰੀ ਕਾਂਸ਼ੀ ਨਗਰੀ ਦੇ ਵਿੱਚ ਹੀ ਔਰ ਇਹਦਾ ਹੋਵੇਗਾ ਉਹਨੂੰ ਖੋਜ ਲੱਭ ਤੇ ਮੁਸ਼ਕਾਂ ਬਣ ਕੇ ਸਾਡੇ ਕੋਲ ਪੇਜ ਨਾਮ ਅਹ ਤਿਸ ਕੋ ਗੁਰਦਾਸ ਕਰਕੇ ਕੈਦ ਪਠੋ ਹਮ پاس ਸਤਿਗੁਰਾਂ ਨੇ ਇਹ ਵੀ ਲਿਖਿਆ ਕਿ ਉਸ ਆਦਮੀ ਦਾ ਉਸ ਚੋਰ ਦਾ ਨਾਮ ਗੁਰਦਾਸ ਹੈ ਉਹਦੀਆਂ ਮੁਸ਼ਕਾਂ ਬਣ ਕੇ ਕੈਦ ਕਰਕੇ ਸਾਡੇ ਕੋਲ ਪੇਜ ਤਾ ਵੋ ਹੋਏ ਗੁਰ ਕੀ ਖੁਸ਼ੀ ਵਿਸਾਲਾ ਕੋਜੋ ਚੋਰ ਪਠੋ ਤਤ ਕਾਲਾ ਲਿਖਿਆ ਹੁਕਮਨਾਮੇ ਦੇ ਸਤਿਗੁਰਾਂ ਨੇ ਕਿ ਜੇਕਰ ਰਾਜਾ ਤੋਂ ਸਾਡੇ ਚੋਰ ਨੂੰ ਲੱਭ ਲਏਗਾ ਅਸੀਂ ਤੇਰੇ ਤੇ ਵਦੇਰੇ ਪ੍ਰਸੰਨ ਹੋਵਾਂਗੇ ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਲਿਏ ਹੁਕਮਨਾਮਾ ਤਬ ਗयो ਕਾਂਸੀਪੁਰ ਮੈਂ ਪ੍ਰਾਪਤ ਪਇਓ ਮੇਵੜੇ ਨੇ ਸਤਿਗੁਰਾਂ ਦੇ ਅਰਦਾਸੀਏ ਨੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਲਿਆ ਹੈ ਤੇ ਕਾਂਸੀ ਦੇ ਵਿੱਚ ਪਹੁੰਚ ਗਿਆ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਵਾ ਬਿਖੇ ਜਹ ਹਤੋ ਮਹੀਪ ਤੇਹ ਠਾਂ ਪਹੁੰਚ ਤ ਭਾਇਓ ਸਮੀਪ ਸਵਾ ਦੇ ਵਿੱਚ ਜਿੱਥੇ ਕਾਂਸੀ ਦਾ ਰਾਜਾ ਬੈਠਾ ਸੀ ਉੱਥੇ ਸਤਿਗੁਰਾਂ ਦਾ ਸਿੱਖ ਪਹੁੰਚ ਗਿਆ ਉਹਦੇ ਬਿਲਕੁਲ ਲਾਗੇ ਦਿਓ ਹੁਕਮ ਨਾਮਾ ਨਿਪਚੀਨਾ ਕਰ ਸੰਵਾਣ ਸੀਸ ਧਰ ਲੈਨਾ ਉਸ ਦੇ ਹੱਥ ਦੇ ਵਿੱਚ ਰਾਜੇ ਦੇ ਹੁਕਮਨਾਮਾ ਸਿੱਖ ਨੇ ਫੜਾਇਆ ਸਤਿਗੁਰਾਂ ਦਾ ਹੁਕਮਨਾਮਾ ਜਾਣ ਕੇ ਰਾਜੇ ਨੇ ਸਨਮਾਨ ਕਰਨ ਦੇ ਵਾਸਤੇ ਪਹਿਲਾਂ ਉਸ ਲਿਖੇ ਹੋਏ ਹੁਕਮਨਾਮੇ ਨੂੰ ਲਿਖੀ ਹੋਈ ਪੱਤਰਕਾ ਨੂੰ ਆਪਣੇ ਸਿਰ ਦੇ ਉੱਤੇ ਧਰਿਆ ਪਾਠਕਰ ਸਕਲ ਜਾਣ ਅਹੀਵਾਲ ਬੂਜੀ ਸਵਾ ਸਰਬ ਤਿਸ ਕਾਲ ਫਿਰ ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜ੍ਹਿਆ ਸਾਰਾ ਅਹੀਵਾਲ ਜਾਣਿਆ ਬੂਜੀ ਸਵਾ ਸਰਬ ਤਿਸ ਕਾਲ ਤੇ ਫਿਰ ਸਵਾ ਦੇ ਵਿੱਚੋਂ ਪੁੱਛਣਾ ਸ਼ੁਰੂ ਕੀਤਾ ਉਸ ਰਾਜੇ ਨੇ 파ਵੇਂ ਕਿ ਸਤਗੁਰਾਂ ਨੇ ਨਾਮ ਹੀ ਲਿਖਿਆ ਹੈ ਗੁਰਦਾਸ ਜਦੋਂ ਰਾਜੇ ਨੇ ਗੁਰਦਾਸ ਨਾਮ ਪੜ੍ਹਿਆ ਕਿ ਉਸ ਚੋਰ ਦਾ ਨਾਮ ਗੁਰਦਾਸ ਹੈ ਤੇ ਰਾਜੇ ਨੇ ਸੋਚਿਆ ਇਹ ਤੇ ਇੰਨੇ ਵੱਡੇ ਸਤਗੁਰਾਂ ਦੇ ਮਹਾਨ ਸਿੱਖ ਨੇ ਇਹਨਾਂ ਦੇ ਵਾਸਤੇ ਤੇ ਸਤਗੁਰਾਂ ਨੇ ਗੁਰਦਾਸ ਨਹੀਂ ਲਿਖਿਆ ਹੋਵੇਗਾ ਕੋਈ ਹੋਰ ਸਿੱਖ ਹੋਵੇਗਾ ਜਿਹਦਾ ਨਾਮ ਹੀ ਗੁਰਦਾਸ ਹੋਵੇਗਾ ਇਸ ਕਰਕੇ ਰਤਾ ਪਰ ਵੀ ਰਾਜੇ ਨੇ ਸ਼ੱਕ ਨਹੀਂ ਕੀਤਾ ਕਿ ਜਿਹੜੇ ਭਾਈ ਗੁਰਦਾਸ ਜੀ ਮੇਰੇ ਗੁਰੂ ਬਣ ਕੇ ਬੈਠੇ ਨੇ ਇਹਨਾਂ ਦਾ ਨਾਮ ਲਿਖਿਆ ਰਾਜੇ ਨੇ ਸਮਝਿਆ ਇਹਨਾਂ ਦੇ ਵਾਸਤੇ ਤੇ ਲਿਖ ਨਹੀਂ ਸਕਦੇ ਕਿਉਂਕਿ ਨਾਵਾਂ ਵਰਗੇ ਨਾ ਹੁੰਦੇ ਨੇ ਕੋਈ ਹੋਰ ਵੀ ਤੇ ਗੁਰਦਾਸ ਹੋ ਸਕਦਾ ਇਸ ਕਰਕੇ ਸਮਝਿਆ ਰਾਜੇ ਨੇ ਕਿ ਗੁਰਦਾਸ ਨਾਮ ਦਾ ਕੋਈ ਹੋਰ ਚੋਰ ਹੈ ਜਿਹੜਾ ਕਿ ਸਤਗੁਰਾਂ ਦੇ ਹੁਕਮ ਦੇ ਅਨੁਸਾਰ ਮੇਰੀ ਕਾਂਸੀ ਦੇ ਵਿੱਚ ਹੀ ਰਹਿੰਦਾ ਸਾਰੀ ਸਵਾਲ ਨੂੰ ਸੁਣਾ ਕੇ ਫਿਰ ਰਾਜੇ ਨੇ ਇਸ ਤਰ੍ਹਾਂ ਆਖਿਆ ਕਹਿੰਦਾ ਗੁਰ ਕੀ ਵਸਤ ਕੌਣ ਲੈ ਆਵਾ ਪੂਰੀ ਵਿਖੇ ਹੋਏ ਕਿਸੇ ਹੈ ਥਾਵਾ ਕਹਿੰਦਾ ਹੈ ਕਿ ਗੁਰੂ ਨੇ ਲਿਖਿਆ ਹੈ ਕਿ ਚੋਰ ਸਾਡਾ ਤੇਰੀ ਨਗਰੀ ਦੇ ਵਿੱਚ ਹੈ ਦੱਸੋ ਕਿ ਕੌਣ ਗੁਰੂ ਦਾ ਚੋਰ ਹੈ ਤੇ ਗੁਰੂ ਜੀ ਦੀ ਕਿਹੜੀ ਚੀਜ਼ ਚੋਰਾ ਕੇ ਲਿਆ ਹੈ ਪੂਰੀ ਵਿਖੇ ਹੋਏ ਹੈ ਕਿਸ ਥਾਵਾ ਜੇਕਰ ਤੁਹਾਡੇ ਵਿੱਚੋਂ ਕੋਈ ਨਹੀਂ ਬੈਠਾ ਤੇ ਪੂਰੀ ਦੇ ਵਿੱਚ ਜ਼ਰੂਰ ਹੋਵੇਗਾ ਸਾਡੀ ਕਾਂਸੀ ਦੇ ਵਿੱਚ ਜ਼ਰੂਰ ਹੋਵੇਗਾ ਕਿਉਂਕਿ ਸਤਿਗੁਰਾਂ ਨੇ ਲਿਖਿਆ ਹੈ ਸਾਫ਼ ਕਿ ਚੋਰ ਹੈ ਔਰ ਤੇਰੇ ਸ਼ਹਿਰ ਦੇ ਵਿੱਚ ਸਾਵਣੇ ਭਾਣਿਉ ਨ ਅਸ ਕੋ ਆਇਓ ਜੇ ਆਇਓ ਲਹਿਨਗਰ ਖੁਜਾਇਓ ਸਵਾ ਦੇ ਵਿੱਚ ਜਿੰਨੇ ਬੈਠੇ ਸਨ ਉਹਨਾਂ ਸਾਰਿਆਂ ਨੇ ਆਖਿਆ ਕਿ ਰਾਜਨ ਐਸਾ ਕੋਈ ਨਹੀਂ ਸਾਡੇ ਵਿੱਚੋਂ ਵੀ ਕੋਈ ਨਹੀਂ ਔਰ ਜਿੱਥੋਂ ਤੱਕ ਸਾਨੂੰ ਪਤਾ ਹੈ ਕਿ ਨਗਰ ਦੇ ਵਿੱਚ ਵੀ ਐਸਾ ਕੋਈ ਨਹੀਂ ਆਇਆ ਜੇਕਰ ਫਿਰ ਵੀ ਸ਼ੱਕ ਹੈ ਤੇ ਸਾਰੇ ਨਗਰ ਦੇ ਵਿੱਚੋਂ ਲੱਭਿਆ ਜਾ ਸਕਦਾ ਤਾਬ ਰਾਜੇ ਟਿੰਡਮ ਤਹ ਫੇਰਾ ਕੇਥਲ ਗੁਰੂ ਚੋਰ ਕਿਨਹਿਰਾ ਤੇ ਫਿਰ ਰਾਜੇ ਨੇ ਆਪਣੇ ਸਾਰੇ ਕਾਂਸੀ ਸ਼ਹਿਰ ਦੇ ਵਿੱਚ ਢੰਡੋਰਾ ਫਿਰਾ ਦਿੱਤਾ ਹੈ ਡੌਂਡੀ ਪਟਵਾ ਦਿੱਤੀ ਹੈ ਕੇਥਲ ਗੁਰੂ ਚੋਰ ਕਿਨਹਿਰਾ ਕਿ ਜਿੱਥੇ ਵੀ ਗੁਰੂ ਦਾ ਚੋਰ ਕਿਸੇ ਨੂੰ ਮਿਲਦਾ ਜਾਂ ਉਹਦਾ ਪਤਾ ਲੱਗਦਾ ਤੇ ਸਾਨੂੰ ਖਬਰ ਕੀਤੀ ਜਾਵੇ ਫਿਰ ਉਹ ਨਗਰ ਸਾਰੇ ਕਹਿ ਪਾਇਓ ਪੁਣ ਗਰਦਾਸ ਸਵਾ ਚਲਾਇਓ ਸਾਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਢੰਡੋਰਾ ਰਾਜੇ ਨੇ ਫਿਰਾਵਾ ਦਿੱਤਾ ਪਹੁਣ ਗੁਰਦਾਸ ਸਭਾ ਚਲਾਇਓ ਇਨੇ ਚਰਨ ਨੂੰ ਕਵੀ ਜੀ ਲਿਖਦੇ ਨੇ ਕਿ ਭਾਈ ਗੁਰਦਾਸ ਜੀ ਰਾਜੇ ਦੀ ਸਭਾ ਦੇ ਵਿੱਚ ਪਹੁੰਚੇ ਉਹ ਚਾਸਣ ਪਰ ਬੈਠੇ ਉਚਾਰ ਸਤਗੁਰ ਸ਼ਬਦ ਕਰਤ ਨਿਰ ਧਾਰੇ ਜਦੋਂ ਭਾਈ ਗੁਰਦਾਸ ਜੀ ਰਾਜੇ ਦੀ ਸਭਾ ਦੇ ਵਿੱਚ ਪਹੁੰਚੇ ਨੇ ਉਸ ਵੇਲੇ ਉੱਚੇ ਆਸਣ ਦੇ ਉੱਤੇ ਭਾਈ ਗੁਰਦਾਸ ਨੂੰ ਰਾਜੇ ਨੇ ਬਿਠਾ ਲਿਆ ਤੇ ਸਤਗੁਰਾਂ ਦੇ ਜਿਹੜੇ ਪ੍ਰਸੰਗ ਸੇਨਾ ਉਹ ਸੁਣਾਉਣ ਲੱਗ ਭੋਗ ਪਰੇਉਣੇ ਪਾਣਿਓ ਪਰਸੰਗ ਗੁਰ ਕੀ ਬਾਤ ਕਹੋ ਤੁਮ ਸੰਗ ਕਿਉਂਕਿ ਰੋਜ ਇਹ ਨੇਮ ਸੀ ਕਿ ਰਾਜਾ ਜ਼ਰੂਰ ਹੀ ਕਥਾ ਸੁਣਦਾ ਸੀ ਭਾਈ ਗੁਰਦਾਸ ਤੋਂ ਕਵੀ ਜੀ ਲਿਖਦੇ ਨੇ ਜਦੋਂ ਕਥਾ ਦਾ ਭੋਗ ਪਿਆ ਉਸ ਵੇਲੇ ਰਾਜੇ ਨੇ ਆਖਿਆ ਕਹਿੰਦਾ ਗੁਰ ਕੀ ਬਾਤ ਕਹੋ ਤੁਮ ਸੰਗ اے ਭਾਈ ਗੁਰਦਾਸ ਜੀ ਤੁਹਾਡੇ ਸਤਿਗੁਰਾਂ ਦੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਨਾ ਲਿਏ ਹੁਕਮ ਨਾ ਮੰਨ ਆਇਓ ਪਾਠਿਓ ਪ੍ਰਾਤਿ ਇਹ ਗੁਰ ਫੁਰਮਾਇਓ ਭਾਈ ਗੁਰਦਾਸ ਜੀ ਸਤਿਗੁਰਾਂ ਦਾ ਹੁਕਮਨਾਮਾ ਸਾਡੇ ਕੋਲ ਪਹੁੰਚਿਆ ਜਿਸ ਹੁਕਮਨਾਮੇ ਦੇ ਵਿੱਚ ਗੁਰਾਂ ਨੇ ਭਾਈ ਜੀ ਇਸ ਤਰ੍ਹਾਂ ਫਰਮਾਨ ਕੀਤਾ ਚੋਰ ਹਮਾਰੋ ਇਕ ਤੁਮ ਪਾਸ ਆਏ ਬਸਿਓ ਆਖੇ ਗੁਰਦਾਸ ਭਾਈ ਗੁਰਦਾਸ ਨੂੰ ਰਾਜਾ ਕਹਿੰਦਾ ਕਿ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਮੇਰੇ ਵਾਸਤੇ ਕਿ ਰਾਜਾ ਤੇਰੀ ਨਗਰੀ ਦੇ ਵਿੱਚ ਸਾਡਾ ਇੱਕ ਚੋਰ ਵੱਸਦਾ ਹੈ ਔਰ ਸਤਗੁਰਾਂ ਨੇ ਵੀ ਆਖਿਆ ਕਿ ਉਹਦਾ ਨਾਮ ਗੁਰਦਾਸ ਤੇ ਸਿੱਕੇ ਮੁਸ਼ਕਾਂ ਬੰਦ ਪਠਾਵੋ ਕਾਰਜ ਕਰੋ ਖੁਸ਼ੀ ਗੁਰ ਪਾਵੋ ਰਾਜਾ ਭਾਈ ਗੁਰਦਾਸ ਨੂੰ ਕਹਿੰਦਾ ਕਿ ਸਤਗੁਰਾਂ ਨੇ ਹੁਕਮਨਾਮੇ ਦੇ ਵਿੱਚ ਇਥੋਂ ਤੱਕ ਲਿਖਿਆ ਕਿ ਸਾਡੇ ਚੋਰ ਨੂੰ ਲੱਭਿਆ ਜਾਵੇ ਉਹਦੀਆਂ ਮੁਸ਼ਕਾਂ ਬਣ ਕੇ ਸਾਡੇ ਕੋਲ ਭੇਜਿਆ ਜਾਵੇ ਤਾਂ ਅਸੀਂ ਤੇਰੇ ਤੇ ਰਾਜਾ ਵਧੇਰੇ ਖੁਸ਼ ਹਾਂਗੇ ਅਮਨੇ ਸਗਰੋ ਪਰਖ ਜਵਾਇਓ ਕਿਸੇ ਸਥਾਨ ਨਹੀਂ ਸੋ ਪਾਇਓ ਰਾਜਾ ਭਾਈ ਗੁਰਦਾਸ ਨੂੰ ਕਹਿੰਦਾ ਪਰ ਹੇ ਭਾਈ ਗੁਰਦਾਸ ਜੀ ਹੇ ਗੁਰੂ ਜੀ ਸਾਰੇ ਨਗਰ ਦੇ ਵਿੱਚੋਂ ਲੱਭਣ ਦਾ ਯਤਨ ਕੀਤਾ ਪਰ ਐਸਾ ਕੋਈ ਵੀ ਆਦਮੀ ਨਹੀਂ ਮਿਲਿਆ ਕਿ ਜਿਹੜਾ ਸਤਗੁਰਾਂ ਦਾ ਚੋਰ ਹੋਵੇ ਕਿਸੇ ਸਥਾਨ ਨਹੀਂ ਪਾਇਓ ਕਿਸੇ ਵੀ ਜਗ੍ਹਾ ਤੋਂ ਜਿਹੜਾ ਚੋਰ ਹੈ ਨਾ ਉਹ ਲੱਭ ਨਹੀਂ ਸਕਿਆ ਜਦੋਂ ਇਸ ਤਰ੍ਹਾਂ ਦੀ ਵਿਥਿਆ ਸਤਗੁਰਾਂ ਦੀ ਸੁਣਾਈ ਤੇ ਭਾਈ ਗੁਰਦਾਸ ਜੀ ਸਾਰੀ ਗੱਲ ਨੂੰ ਸਮਝ ਗਏ ਨੇ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਪਣਾ ਹੁਕਮਨਾਮਾ ਦੇ ਕੇ ਆਪਣੇ ਸਿੱਖ ਨੂੰ ਕੱਲਿਆ ਤੇ ਕਿਸ ਤਰ੍ਹਾਂ ਮਾਨੋ ਕੇ ਵਾਪਰਿਆ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਥੋੜਾ ਜਾਂ ਵੱਖਰੇ ਢੰਗ ਦੇ ਨਾਲ ਇਸ ਪ੍ਰਕਾਰ ਬਿਆਨ ਕਰਦੇ ਨੇ ਕਾਂਸੀ ਰਾਜੇ ਵੱਲੇ ਗੁਰਾਂ ਲਿਖੀ ਚਿੱਠੀ ਇੱਕ ਮੇਵੜੇ ਦੇ ਤਾਈਂ ਫੜਾਏ ਦਿੱਤੀ ਦਿੱਤਾ ਹੁਕਮ ਹੁਣੇ ਕਾਂਸ਼ੀ ਵਾਲੇ ਜਾਵੋ ਲੱਗੇ ਧੀਰਨਾ ਪੱਕੇ ਕਰਾਏ ਦਿੱਤੀ ਸਿੱਖ ਆਗਿਆ ਪਾਏ ਕੇ ਰਵਾ ਹੋਇਆ ਚਿੱਠੀ ਰਾਜੇ ਦੇ ਪਾਸ ਪੁਚਾਏ ਦਿੱਤੀ ਐਣ ਭਰੇ دیਵਾਨ ਦੇ ਵਿੱਚ ਜਾ ਕੇ ਸਿੱਖ ਨੇ ਨਵੇਂ ਹੀ ਖੇੜ ਖੰਡਾਏ ਦਿੱਤੀ ਕਰ ਰਹੇ ਗੁਰਦਾਸ ਜੀ ਕਥਾ ਹੈ ਸਣ ਭਾਵੀ ਹੋ ਰਹੀ ਕਲਾ ਵਰਤਾਏ ਦਿੱਤੀ ਚਿੱਠੀ ਖੋਲ ਕੇ ਪੜੀ ਕਰਤਾਰ ਸਿੰਘਾ ਰਾਜੇ ਧੌਣ ਨੀਵੀਂ ਝਟ ਪਾਏ ਦਿੱਤੀ ਹੋਰ ਕਰਤਾਰ ਸਿੰਘ ਜੀ ਕਲਾਸ ਵਾਲੀ ਇੱਕ ਵੱਖਰਾ ਟੰਗ ਪੇਸ਼ ਕਰਦੇ ਨੇ ਕਿ ਜਿਸ ਵੇਲੇ ਸਿੱਖ ਚਿੱਠੀ ਲੈ ਕੇ ਪਹੁੰਚਿਆ ਸਤਗੁਰਾਂ ਦੀ ਤੇ ਭਾਈ ਗੁਰਦਾਸ ਜੀ ਕਥਾ ਕਰ ਰਹੇ ਸਨ ਚਿੱਠੀ ਵਿੱਚ ਲਿਖਿਆ ਸਤਗੁਰਾਂ ਵੱਲੋਂ ਤੇਰੇ ਸ਼ਹਿਰ ਦੇ ਵਿੱਚ ਹੈ ਚੋਰ ਸਾਡਾ ਕਰ ਬਹੁਤ ਨੁਕਸਾਨ ਹੈ 나ਠ ਆਇਆ ਬਹੁਤ ਜਾਣ ਕੀਤਾ ਉਸ ਹੋਰ ਸਾਡਾ ਬਨ ਮੁਸ਼ਕਾਂ ਉਸ ਨੂੰ ਭੇਜ ਦੇਵੋ ਓ ਆਦਮੀ ਬੜਾ ਕઠੋਰ ਸਾਡਾ ਕੀਤੀ ਬਹੁਤ ਪੱਕੀ ਕਰਤਾਰ ਸਿੰਘਾ ਐਵੇਂ ਦੇਵਣਾ ਹੁਕਮ ਨਾ ਮੋੜ ਸਾਡਾ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਾਜੇ ਦੇ ਵੱਲ ਸਤਗੁਰਾਂ ਨੇ ਲਿਖਿਆ ਸੀ ਕਿ ਚੋਰ ਬੜਾ ਵੱਡਾ ਹੈ ਸਾਡਾ ਬਹੁਤ ਵੱਡਾ ਨੁਕਸਾਨ ਕਰਕੇ ਗਿਆ ਇਸ ਕਰਕੇ ਸਾਡਾ ਜਿਹੜਾ ਹੁਕਮ ਹੈ ਨਾ ਇਹਦੇ ਤੇ ਜਰਾ ਧਿਆਨ ਦੇਣਾ ਹੁਕਮ ਨੂੰ ਮੋੜਨਾ ਦੇਵੇਂ ਕਿਤੇ ਰਾਜਾ ਇਹ ਵੀ ਲਿਖਿਆ ਸੀ ਰਾਜੇ ਨੇ ਫਿਰ ਭਰੇ ਦਰਬਾਰ ਦੇ ਵਿੱਚ ਚਿੱਠੀ ਨੂੰ ਪੜ੍ਹਿਆ ਚਿੱਠੀ ਸਮਾ ਦੇ ਵਿੱਚ ਸੁਣਾਈ ਰਾਜੇ ਸਤਗੁਰਾਂ ਦਾ ਜੇ ਕੋਈ ਚੋਰ ਹੋਵੇ ਚਟਪਟਿਓ ਆਪਨੋ ਜ਼ਾਹਰ ਕਰਦੇ ਜਿਹਦੇ ਮਾਣੇ ਅੰਦਰ ਕੋਈ ਖੋਰ ਹੋਵੇ ਨਾਲੇ ਹੁਕਮ ਦਿਵਾਨ ਨੂੰ ਦੇ ਦਿੱਤਾ ਖਬਰ ਸ਼ਹਿਰ ਦੇ ਵਿੱਚ ਆਖ ਦੇ ਫੋਰ ਹੋਵੇ ਚੋਰ ਆਪਣਾ ਆਪ ਛਪਾਇਆ ਜੇ ਪਤਾ ਲੱਗਿਆ ਗਤੀ ਮੋੜ ਹੋਰ ਹੋਵੇ ਹਾਜ਼ਰ ਆਪ ਜੇ ਕਰ ਚੋਰਿਆਂ ਹੋਵੇ ਹਾਜ਼ਰ ਆਪ ਜੇ ਕਰ ਚੋਰੀਆਂ ਹੋਵੇ ਉਹਦੇ ਨਾਲ ਰਿਆਇਤ ਬਹੋਰ ਹੋਵੇ ਪਿੱਛੋਂ ਜਾਉਣਾ ਸੁਣੇ ਕਰਤਾਰ ਸਿੰਘਾ ਵਖ ਜਿਸਮ ਨਾਲੋਂ ਰੂਦੀ ਡੋਰ ਹੋਵੇ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰਾਜੇ ਨੇ ਹੁਕਮ ਦਿੱਤਾ ਕਿ ਜਿਹੜਾ ਗੁਰੂ ਦਾ ਚੋਰ ਹੈ ਜੇਕਰ ਆਪਣੇ ਆਪ ਹੀ ਉਹ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਵੇਗਾ ਤੇ ਉਹਦੇ ਨਾਲ ਹੋ ਸਕਦਾ ਹੈ ਕਿ ਰਹਿਤ ਕੀਤੀ ਜਾਵੇ ਪਰ ਜਦੋਂ ਬਾਅਦ ਦੇ ਵਿੱਚ ਚੋਰ ਦਾ ਪਤਾ ਲੱਗਾ ਚੋਰ ਲੱਭ ਗਿਆ ਤੇ ਫਿਰ ਕਹਿੰਦੇ ਨੇ ਕੋਈ ਦਾਦ ਫਰਿਆਦ ਸੁਣੇ ਨਹੀਂ ਜਾਵੇਗੀ ਰਾਜੇ ਨੇ ਆਖਿਆ ਵਖ ਜਿਸਮ ਨਾਲੋਂ ਰੂਹ ਦੀ ਡੋਰ ਹੋਵੇ ਉਹਦੀ ਜਿਹੜੀ ਰੂਹ ਦੀ ਡੋਰ ਹੈ ਨਾ ਉਹ ਜਿਸਮ ਦੇ ਨਾਲੋਂ ਵੱਖ ਕਰ ਦਿੱਤੀ ਜਾਵੇਗੀ ਭਾਵੇਂ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ ਜੇਕਰ ਬਾਅਦ ਦੇ ਵਿੱਚ ਫੜਿਆ ਗਿਆ ਇਸ ਕਰਕੇ ਜਿਹੜਾ ਚੋਰ ਹੈ ਉਹ ਪਹਿਲਾਂ ਹੀ ਆਪਣੇ ਆਪ ਨੂੰ ਪੇਸ਼ ਕਰ ਦੇ ਇਸ ਤਰੀਕੇ ਦੇ ਨਾਲ ਰਾਜੇ ਨੇ ਉਸ ਵੇਲੇ ਹੁਕਮ ਦਿੱਤਾ ਸੋ ਸਾਧ ਸੰਗਤ ਜੀ ਸਮੇਂ ਦੇ ਸਮਾਪਤੀ ਹੈ ਕੱਲ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਹੋਲੇ ਦਾ ਮੇਲਾ ਸ਼ੁਰੂ ਹੋਣ ਵਾਲਾ ਹੈ ਕੱਲ ਨੂੰ ਤੁਸੀਂ 2-4 ਦਿਨਾਂ ਦੇ ਵਾਸਤੇ ਹੋਲੇ ਦੇ ਮੇਲੇ ਦਾ ਆਨੰਦ ਮਾਣੋਗੇ ਉਸ ਤੋਂ ਪਿੱਛੋਂ ਦਾਸ ਤੁਹਾਡੇ ਸਾਹਮਣੇ ਪਹਿਲਾਂ ਵੀ ਹਾਜ਼ਰ ਹੈ ਬਾਅਦ ਦੇ ਵਿੱਚ ਵੀ ਹਾਜ਼ਰ ਹੋਵੇਗਾ ਜਿਹੜਾ ਪ੍ਰਸੰਗ ਅਗਲਾ ਕਵੀ ਜੀ ਜਿਸ ਤਰ੍ਹਾਂ ਬਿਆਨ ਕਰਨਗੇ ਉਹ ਮੈਂ ਮੇਲੇ ਤੋਂ ਬਾਅਦ ਸਾਧ ਸੰਗਤ ਦੇ ਸਰਮੁਖ ਖਰਚ ਕਰਾਂਗਾ ਅੱਜ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਂਗਤੋਂ ਖੇਮਾ ਦਾ ਜਚਕਾ ਹੈ ਓ ਚੋਤੇ ਪਾਰ ਭ੍ਰਮ ਅਬ ਨਾ ਸੀ ਅਗਨਾਸ਼ ਹੈ ਪੂਰਨ ਹੈ ਸਰਬਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਬਟੇਕ हे गो हे गुण निदान जा कदा विवेक हेमर हर हर है पी हो वन हार हे संत क सदा धारा या धार हे ठाकुर हासु गुण न को ਨਾਨਕ ਦੀ ਜੈ ਨਾਮ ਧਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾ ਦਸ ਗੁਰਿੰਦ ਕਾ ਮੇਰੀ ਹੈ ਪਰਣਾ